नाखून खिंचे हुए ही प्लास ना दंद तोड़े हुए ही उन्होंने इन्ना ज्यादा बुरा हाल डेड बॉडी का उन्होंने किया ही टॉर्चर करके। अच्छा कि मेरे दादा जी ने उन्होंने पहचानना ही इनकार कर दिता कि ये सतपाल नहीं है मेरा बेटा नहीं है। मेरे कोलों दी लंघदे आ जिस तरह रोड ते देखिया उन्होंने मैं रस्ते च तो एक हल्की जी स्माइल करके मैनू लंघदे ने कोलों वो बस उन्हें वो वेखना मेरा लास्ट बार वेखना होया। ਘਰਾਂ ਘਰਾਂ 'ਚ ਜਾ ਕੇ ਬਰਤਨ ਸਾਫ਼ ਕਰਨੇ ਸਫਾਈਆਂ ਕਰਨੀਆਂ ਘਰ ਦਾ ਗੁਜ਼ਾਰਾ ਕਰਨਾ ਮੈਂ ਪੇਂਟ ਦਾ ਕੰਮ ਸ਼ੁਰੂ ਕੀਤਾ ਫਿਰ ਘਰ ਦਾ ਗੁਜ਼ਾਰਾ ਚੱਲਣਾ ਅਤੇ ਇੱਕ ਰੋਟੀ ਦਾ ਸਾਧਨ ਬਣਨਾ ਇਹ ਡੈਥ ਤੋਂ ਬਾਅਦ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਜਾਂ ਸਾਡੀ ਪੰਜਾਬ ਸਰਕਾਰ ਨੇ ਇੱਕ ਸ਼ਹੀਦ ਪਰਿਵਾਰ ਦੇ ਘਰ ਦੇ ਕਰ ਦਿੱਤੇ। ਕੈਪਟਨ ਮਨਿੰਦਰ ਸਿੰਘ ਬੇਟਾ ਜੀ ਆ ਉਹ ਕਹਿ ਕੇ ਬਿਲਕੁਲ ਸ਼ਰੇਆਮ ਸਾ ਇੰਨੀ ਦੁਨੀਆ 'ਚ ਬੋਲ ਕੇ ਗਏ ਕਿ ਪੰਜਾਬ ਪੁਲਿਸ 'ਚ ਡਾਇਰੈਕਟਲੀ ਇਹਨੂੰ ਮੈਂ ਜੋਬ ਦਿਵਾਉਣ ਦਾ। ਖੁਸ਼ੀ ਵੀ ਸੀ ਕਿ ਇੰਨਾ ਵੱਡਾ ਕੰਮ ਕੀਤਾ ਦੇਸ਼ ਦੀ ਸੇਵਾ ਕੀਤੀ 14 ਸਾਲ ਲਗਾਤਾਰ ਉਹਨਾਂ ਨੇ ਬਾਰਡਰ ਕ੍ਰਾਸ ਕੀਤਾ ਅਪ ਡਾਊਨ ਕੀਤਾ ਰੋ ਇੰਟੈਲੀਜੈਂਸੀ ਦਾ ਨਾਂ ਸੁਣਦਿਆਂ ਹੀ ਪਾਕਿਸਤਾਨ 'ਚ ਗੋਲੀ ਮਾਰ ਦਿੰਦੇ ਨੇ ਇਹਦੇ 'ਤੇ ਬਲੱਡ ਦੇ ਨਿਸ਼ਾਨ ਨੇ ਇਸ ਤਰ੍ਹਾਂ ਹੀ ਰਹਿਣਗੇ ਮੁਆਵਜ਼ਾ ਮਿਲਦਾ ਜਾਂ ਸਾਡਾ ਹੱਕ ਗੌਰਮੈਂਟ ਸਾਨੂੰ ਦਿੰਦੀ ਫਿਰ ਮੈਨੂੰ ਵਾਸ਼ ਕਰਾਂਗਾ। ਸਤਿ ਸ਼੍ਰੀ ਅਕਾਲ ਆਰ ਐਮ ਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ। ਜਾਸੂਸਾਂ ਦੀਆਂ ਕਹਾਣੀਆਂ ਅਸੀਂ ਅਕਸਰ ਟੀ ਵੀ ਸਕਰੀਨਾਂ ਦੇ ਉੱਪਰ ਦੇਖਦੇ ਰਹੇ ਹਾਂ ਜਾਂ ਫਿਰ ਬਚਪਨ ਦੇ ਵਿੱਚ ਸਾਡੇ ਦਾਦੀ ਤੋਂ ਦਾਦਿਆਂ ਤੋਂ ਸਾਡੇ ਬਜ਼ੁਰਗਾਂ ਤੋਂ ਇਹ ਕਹਾਣੀਆਂ ਸੁਣਦੇ ਰਹੇ ਹਾਂ ਪਰ ਅੱਜ ਅਸੀਂ ਅਸਲ ਦੇ ਵਿੱਚ ਜਾਸੂਸ ਦੇ ਘਰ ਦੇ ਵਿੱਚ ਬੈਠੇ ਹਾਂ ਜਿਸ ਨੇ ਇੰਡੀਆ ਦੇ ਲਈ ਭਾਰਤ ਦੇ ਲਈ ਜਿਹੜਾ ਹੈਗਾ ਆ ਲੰਬਾ ਸਮਾਂ ਖੁਫੀਆ ਏਜੰਸੀ ਦੇ ਲਈ ਕੰਮ ਕੀਤਾ 14 ਸਾਲ ਕੰਮ ਕੀਤਾ। ਅੱਜ ਉਹਨਾਂ ਦੀ ਜ਼ਿੰਦਗੀ ਬਾਰੇ ਵੀ ਜਾਣਾਂਗੇ ਪਰ ਵੱਡੀ ਗੱਲ ਅੱਜ ਇਹ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਦੀ ਇਹ ਹੈ ਕਿ ਪਰਿਵਾਰ ਦੇ ਅੱਜ ਹਾਲਾਤ ਕੀ ਨੇ ਜਿਨ੍ਹਾਂ ਨੇ 14 ਸਾਲ ਖੁਫੀਆ ਏਜੰਸੀ ਦੇ ਲਈ ਕੰਮ ਕੀਤਾ ਅਤੇ ਪਾਕਿਸਤਾਨ ਦੇ ਵਿੱਚ ਕੰਮ ਕਰਦਿਆਂ ਸ਼ਹੀਦ ਹੋ ਗਏ ਉਸ ਤੋਂ ਬਾਅਦ ਉਹਨਾਂ ਦੀ ਡੈੱਡ ਬੋਡੀ ਪਰਿਵਾਰ ਤੱਕ ਪਹੁੰਚੀ 1 ਸਾਲ ਲਾਪਤਾ ਹੋਣ ਤੋਂ ਬਾਅਦ ਅਤੇ ਪਰਿਵਾਰ ਦੀ ਕਿਸੇ ਨੇ ਸਾਰ ਤੱਕ ਜਿਹੜੀ ਹੈਗੀ ਆ ਉਹ ਨਹੀਂ ਰਹੀ ਅਤੇ ਪਰਿਵਾਰ ਇਹ ਰੋਸਾ ਆਪਣੇ ਦਿਲ ਦੇ ਵਿੱਚ ਪਾਲੀ ਬੈਠਾ ਆ। ਮੈਂ ਗੱਲ ਕਰ ਰਿਹਾ ਸ਼ਹੀਦ ਸਤਪਾਲ ਹੋਰਾਂ ਦੀ ਉਹਨਾਂ ਦੇ ਬੇਟੇ ਸੁਰਿੰਦਰਪਾਲ ਸਾਡੇ ਨਾਲ ਹੋਣਗੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਕਰਾਂਗੇ। ਮੈਂ ਇੱਥੇ ਦੱਸ ਦੇਵਾਂ ਕਿ ਪਿੰਡ ਡਾਡਮਾ ਦੇ ਵਿੱਚ ਅਸੀਂ ਬੈਠੇ ਹਾਂ ਪਿੰਡ ਡਾਡਮਾ ਜਿਹੜਾ ਹੈਗਾ ਆ ਇੱਥੋਂ ਦੇ 6 ਜਾਸੂਸ ਜਿਹੜੇ ਹੋਏ ਆ ਭਾਰਤ ਦੇ ਵਿੱਚ ਸਭ ਤੋਂ ਵੱਧ ਜਾਸੂਸ ਜਿਹੜੇ ਹੈਗੇ ਜਿਹਨੇ ਪਾਕਿਸਤਾਨ ਦੇ ਵਿੱਚ ਜਾਸੂਸੀ ਕੀਤੀ ਸਾਡੀ ਖੁਫੀਆ ਏਜੰਸੀ ਦੇ ਲਈ ਕੰਮ ਕੀਤਾ ਉਹ ਸਭ ਤੋਂ ਵੱਧ ਇਸੇ ਪਿੰਡ ਦੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਕੁਛ ਕੁ ਜਿਹੜੇ ਹੈਗੇ ਆਪਣੀ ਜੀਵਨ ਜਿਹੜਾ ਹੈਗਾ ਉਹ ਪੂਰਾ ਕਰ ਚੁੱਕੇ ਨੇ ਅਤੇ ਕੁਝ ਕੁ ਜੇ 1-2 ਜਿਹੜੇ ਹੈਗੇ ਨੇ ਉਹ ਹਾਲੇ ਵੀ ਇਸ ਪਿੰਡ ਦੇ ਵਿੱਚ ਰਹਿੰਦੇ ਨੇ ਜਾਂ ਕੁਝ ਪਰਿਵਾਰ ਜਿਹੜੇ ਨੇ ਉਹ ਬੋਲਣ ਦੇ ਲਈ ਕੁਛ ਰਾਜ਼ੀ ਨਹੀਂ ਅਤੇ 1 ਜਾਸੂਸ ਜਿਹੜੇ ਨੇ ਉਹ ਹਾਲੇ ਵੀ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਨੇ। ਸੋ ਸੁਰਿੰਦਰਪਾਲ ਜੀ ਸਾਡੇ ਨਾਲ ਹੋਣਗੇ ਸਤਪਾਲ ਜੀ ਦੇ ਬੇਟੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਪਾਲ ਜੀ ਦੇ ਬਾਰੇ ਗੱਲਬਾਤ ਰਹੇਗੀ ਖਾਸ ਕਰ ਉਸ ਰੋਸੇ ਦੇ ਉੱਪਰ ਗੱਲਬਾਤ ਜ਼ਰੂਰ ਕਰਾਂਗੇ ਜੋ ਉਹਨਾਂ ਦਾ ਭਾਰਤ ਸਰਕਾਰ ਤੋਂ ਹੈ। ਸੁਰਿੰਦਰਪਾਲ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਠੀਕ ਠਾਕ? ਬਸ ਵਧੀਆ ਸਰ ਜੀ ਠੀਕ। ਅੱਛਾ ਤੁਹਾਡੇ ਫਾਦਰ ਸਾਹਿਬ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਆਪ ਨੂੰ ਭਾਗਾਂ ਵਾਲਾ ਮੰਨਦੇ ਹਾਂ ਕਿ ਅਸੀਂ ਉਸ ਪਰਿਵਾਰ ਦੇ ਵਿੱਚ ਬੈਠੇ ਹਾਂ ਜਿਨ੍ਹਾਂ ਨੇ ਦੇਸ਼ ਦੇ ਲਈ ਆਪਣੀ ਜਿਹੜੀ ਹੈਗੀ ਆ ਜਾਨ ਕੁਰਬਾਨ ਕਰ ਦਿੱਤੀ। ਹਾਂਜੀ ਹਾਂਜੀ ਇਹਨੂੰ ਤੁਸੀਂ ਥੋੜ੍ਹਾ ਜਿਹਾ ਨਾ ਪਿੱਛੇ ਨੂੰ ਰੱਖ ਲਿਓ ਇਹਨੂੰ ਤੁਹਾਡਾ ਫੇਸ ਤੱਕ ਇੱਦਾਂ ਰੱਖ ਲਿਓ ਹੈ ਨਾ ਜੀ। ਸੋ ਤੁਹਾਨੂੰ ਮਤਲਬ ਕਿੰਨੀ ਕੁ ਏਜ ਸੀ ਤੁਹਾਡੀ ਜਦੋਂ ਇਹਨਾਂ ਦੀ ਜਿਹੜੀ ਹੈਗੀ ਡੈੱਡ ਬੋਡੀ ਭਾਰਤ ਦੇ ਵਿੱਚ ਆਉਂਦੀ ਆ? ਕੋਈ 17-18 ਸਾਲ ਏਜ ਸੀ ਮੇਰੀ ਕੋਈ +1 ਦੀ ਕਲਾਸ ਸੀ। ਓਕੇ ਕੋਈ ਇੰਨੀ ਸਮਝ ਅਤੇ ਹੋਸ਼ ਨਹੀਂ ਜੀ ਪਰ ਇੰਨਾ ਪਤਾ ਸੀ ਕਿ ਕੋਈ ਸਰਕਾਰ ਕੋਈ ਗੌਰਮੈਂਟ ਯੂਨੀਫਾਰਮ 'ਚ ਆਰਮੀ ਦੇ ਲੋਕ ਘਰ ਆਉਂਦੇ ਨੇ ਪਾਪਾ ਜੀ ਨਾਲ ਘਰ ਬੈਠ ਕੇ ਗੱਲਬਾਤ ਕਰਦੇ ਨੇ ਜਾਂ ਇੱਕ ਰੂਮ 'ਚ ਬੈਠ ਕੇ ਆਪਸ 'ਚ ਗੱਲਬਾਤ ਕਰਦੇ ਰਹਿੰਦੇ ਨੇ। ਸਾਡੀ ਇੰਨੀ ਹਿੰਮਤ ਨਹੀਂ ਤਿੰਨੋਂ ਭੈਣ ਭਰਾ ਸ਼ਰਮੀਲੇ ਵੀ ਸੀ ਅਤੇ ਡਰ ਵੀ ਸੀ ਪਾਪਾ ਦਾ ਕਿ ਉਹਨਾਂ ਦੇ ਕੋਲ ਜਾ ਕੇ ਅਤੇ ਕੋਈ ਗੱਲਬਾਤ ਸੁਣ ਸਕੀਏ ਹੈ ਨਾ ਜਾਂ ਗੱਲਬਾਤ ਕਰ ਸਕੀਏ। ਉਹ ਆਰਮੀ ਦੇ ਲੋਕ ਆਉਣਾ ਵੱਡੇ ਵੱਡੇ ਅਫਸਰ ਆਉਣੇ ਉਹਨਾਂ ਇੱਕ ਰੂਮ 'ਚ ਬੈਠ ਜਾਣਾ ਪਾਪਾ ਨਾਲ ਗੱਲਬਾਤ ਕਰਨੀ ਦਰਵਾਜ਼ਾ ਉਹਨਾਂ ਨੇ ਬੰਦ ਕਰ ਲੈਣਾ ਜੀ ਅਸੀਂ ਬਸ ਬਾਹਰ ਖੇਡਦੇ ਰਹਿਣਾ ਜਾਂ ਫਿਰ ਮੰਮਾ ਬਾਹਰ ਕੰਮ ਕਰਦੇ ਸੀ ਜੀ ਕੰਮ ਕਰਦੇ ਰਹਿਣਾ ਉਹਨਾਂ ਨੇ ਜਿਪਸੀਆਂ ਗੱਡੀਆਂ ਆਰਮੀ ਦੀਆਂ ਬਾਹਰ ਖੜੀਆਂ ਰਹਿੰਦੀਆਂ ਸੀ ਦਰਵਾਜ਼ੇ ਦੇ ਬਾਹਰ ਅਤੇ ਉਦੋਂ ਖੈਰ ਬਾਹਰੋਂ ਗਲੀ 'ਚੋਂ ਜਾਂ ਫਿਰ ਪਿੰਡ 'ਚੋਂ ਪਤਾ ਲੱਗਦਾ ਸੀ ਕਿ ਪਾਪਾ ਗੌਰਮੈਂਟ ਦਾ ਕੰਮ ਕਰਦੇ ਨੇ ਸਰਕਾਰੀ ਕੰਮ ਕਰਦੇ ਨੇ ਜਾਂ ਫਿਰ ਕਈ ਵਾਰ ਮੰਮਾ ਕੋਲ ਪਤਾ ਚੱਲਿਆ ਕਿ ਪਾਪਾ ਰੋ ਇੰਟੈਲੀਜੈਂਸੀ ਦਾ ਕੰਮ ਕਰਦੇ ਨੇ ਓਕੇ ਆਰਮੀ ਦਾ ਕੰਮ ਕਰਦੇ ਨੇ ਦੇਸ਼ ਦੀ ਸੇਵਾ ਕਰਨੇ
सेवा करते ने तो सुन के खुशी भी होंगी ही गर्व भी ही तो इस तरह चलद काफ़ी कोई 14 साल बीत गए उन्होंने पाकिस्तान जाना अप डाउन करना ਇਹਦੇ ਵਿੱਚ ਹੀ 14 ਸਾਲ ਕੰਮ ਕੀਤਾ ਉਹਨਾਂ ਨੇ ਟੁੱਟ 14 ਸਾਲ ਉਦੋਂ ਜਾਂਦੇ ਵੀ ਰਹਿੰਦੇ ਸੀ ਆਉਂਦੇ ਵੀ ਰਹਿੰਦੇ ਹਾਂਜੀ ਆਉਣਾ ਜਾਣਾ ਉਹਨਾਂ ਦਾ ਲੱਗਿਆ ਰਹਿੰਦਾ ਸੀ ਉਹਦੇ ਵਿੱਚ ਹੀ ਆਰਮੀ ਦੇ ਲੋਕ ਵੀ ਘਰੇ ਆਉਣਾ ਜਾਣਾ ਉਹਨਾਂ ਦਾ ਵੀ ਲੱਗਿਆ ਰਹਿੰਦਾ ਸੀ ਸਾਹਿਬ ਹੋਣੇ ਅਫਸਰ ਹੋਣੇ ਉਹਨਾਂ ਦਾ ਘਰੇ ਬੈਠਣਾ ਗੱਲਬਾਤ ਉਹਨਾਂ ਦੀ ਕਰਨੀ ਉਹਨਾਂ ਨੇ ਕਰਨੀ इस तरह बस चलता रहता है। अच्छा जो थोड़े नाल गल्लां बातां कभी करते होंगे थोड़े नाल करते खासकर गल्लां बातां वैसे शायद इंटेलीजेंस जो होंगे गलबात घरे भी नहीं पता होंगे नहीं साढ़े ना नहीं गल करते साडा मैं तुहानूं दस्सिया कि बचपना से उदों इन्नी समझ भी नहीं ते डर भी सी पापा दा दे कोल नहीं है ही बैठदे ही शायद मम्मा नाल गलबात करदे सी। ओके अच्छा किन्ने कु वार जाके तुहानूं उस तों बाद तुहाडे मदर ने दस्सिया होणा किन्ने वार पाकिस्तान जाके आ गए सी अपने इस वक्फे दे विच 14 साल दा जिहड़ा उहनां दा वक्फा रिहा इहदे विच किन्ने वार पाकिस्तान जाया सी उह। देखो जी कोई तुसीं गैस कर लो कि एक मंथ च जिस तरह कोई 4 चक्कर 3 चक्कर लाउणा 14 साल च कितनी बार अप डाउन कर लिया होना उन्होंने। अच्छा हाँ जी एक दिन दे विच एक महीने दे विच 3-4 चक्कर लग जाते। हाँ जी उस तो बाद फिर आपां ए रिस्क वेखिए सिर्फ अप डाउन अहीं मूँह तो कह सकने कि हुण पाकिस्तान आना तो जाना पर जाना किस तरह तो आना किस तरह वो शायद सुनन मिलता ही साढ़े कोल डैनियल सर बैठे ने ये तो उतो पाकिस्तान की जेल कट चुके ने इन्हों को भी पता चलिया सानू कि किस तरह उधर जाना या किस तरह आना बड़े हालात बुरे ने कि रिस्क लैके अपने सिर ते कफन बन के देश की सेवा करनी एक आर्मी का बंदा ज कोई साढ़े पंजाब पुलिस हाथ विच हथियार लैके देश की सेवा करते ने ये बिना हथियार तो बॉर्डर क्रॉस करना कई वड्डे दरिया होने रस्ते च जिथे बहुत ज़्यादा पानी हो जाना कि 2-4 बंदे अप हो जाना पानी फिर आप ही खुद ही सिरकियां दे किस्तियां बना के इन्होंने दरिया पार करने या खतरनाक जानवर आ जाने जो पूरा बंदा ही निकल जाते ने इस तरह के खतरनाक जानवर कोई जंगल इस तरह का बहुत ज़्यादा रिस्की ही आप कह सकते हैं। कोई कोई किस्सा उस तो बाद सुनया हो भी किस तरह के नाल पार करया करते सुनया सी कोई किस्सा किस तरह के नाल पार करया करते सी। मैं ज़्यादातर जो आप इन्हां दी पापा जी की शहादत तो बाद आप दिल्ली धरने ते जाते हैं या बॉम्बे च महाराष्ट्र च कितें भी आप जाते हैं तो मैं पापा दे यारा दोस्तों को सुनया कि उत्थों दे किस्से किस तरह खतरनाक काम अपनी जान नूं मतलब कि अपने हत्थां ते रख के जाते ही तो किसे इस तरह कि अचानक दरिया नूं क्रॉस करना कि थोड़ा बिल्कुल थोड़ा पानी होना तो अचानक ही पानी बच जाना। ओके तो फिर उत्थे बगाने मुल्क च 2-3 दिन रहना ये बहुत वड्डी गल आ। उत्थों दी इंफॉर्मेशन लैके आनी जिस तरह भी अपने रॉ इंटैलीजेंसी आर्मी इंटैलीजेंसी इतों बोलती है जिस तरह का भी उन्होंने कोई टास्क मिलया हो उतों की इंफॉर्मेशन लैके सही सलामत वापस आना तो काम देना हिंदुस्तान नूं बहुत वड्डी गल आ कोई आम आदमी नहीं कर सकता नहीं कर सकता। अच्छा इतने कोई इतने होर की काम करते शायद रंग रोगन का काम करते होंगे इतने जेडे जो परिवार के रेंदे होंगे शुरू तो ही आप स्कूल टाइम से मैं सुनया कि दादा जी मेरे तो दोनों चाचा जी पेंट का काम करते ते शायद कदी फ्री टाइम पापा जी भी ये काम करते हैं। अच्छा जदों इस चीज़ दा घरे पता लगदा या जिवें हुण चलो तुहाडे मदर सी उन्हां नूं पता लगदा जां तुहाडे दादा जी उन्हां नूं पता लगदा तुहाडे चाचा जी नूं पता लगदा क्योंकि एक चलो आर्मी की जॉब होगी एक पुलिस की जॉब होगी उहदा पता है कि अपने जिहड़ा हैगा बॉर्डर ते रहना है ना सर चलो सरहद ते रहना है पर यह चीज़ इस तरह के नाल कि एक अपने सिर के उपर कफन बन के जाना है ना ये नहीं पता कि मौत कदों आ जाए जां फिर तुहानूं जेकर फड़ लिया जाए तो उस तो पता नहीं तसीहे किस तरह दिते जाते क्योंकि असी तो हालांकि ये चीज़ा फिल्मों के देखिया ने तस्वीर के देखते हैं तो वह घरद ने नहीं इस चीज़ लिए कद सतपाल जी ने कहा कि तुम रो छड़ दो ये काम हाँ जी बिल्कुल बिल्कुल जिस तरह ही दो सिस्टर ने मेरे हाँ जी सिस्टर वे सिस्टर बारे उन्होंने बोलिया कि मैरिज के योग ने तो कोई 10th क्लास है अजय ते तुसीं इस तरह करो कि बड़ा रिस्की ते खतरनाक काम है तुसीं काम छड्ड क्यों नहीं दिंदे तुहाडे वड्डे सिस्टर ने बोले मेरे मामा बोलदे पापा नूं कि सिस्टर ब्याहुण जोग ने उन्हां नूं ब्याह दो ये काम रिस्की है ते छड्ड दो ये काम मतलब कि बच्चों दे बच्चों का ख्याल करो हुण बच्चों नूं ब्याह दो जां फिर
ਇਹਨਾਂ ਦਾ ਪੜ੍ਹਾਈ ਦਾ ਥੋੜ੍ਹਾ ਵੇਖੋ ਹੈ ਨਾ, ਤੁਹਾਡਾ ਘਰੇ ਰਹਿਣਾ ਤਾਂ ਬਹੁਤ ਹੀ ਜ਼ਰੂਰੀ ਹੈ ਅਤੇ ਪਰ ਫਿਰ ਵੀ ਸ਼ਾਇਦ ਉਹਨਾਂ ਦੀ ਲਗਨ ਜਾਂ ਦੇਸ਼ ਸੇਵਾ ਲਾ ਲਓ, ਦੇਸ਼ ਭਾਵਨਾ ਉਹਨਾਂ ਕੋਲ ਕਰਵਾਈ ਜਾਂਦੀ ਸੀ ਇਹ ਕੰਮ, ਅਤੇ ਜਿੰਨਾ ਚਿਰ ਉਹਨਾਂ ਦੇਸ਼ ਦੀ ਸੇਵਾ ਕਰਨੀ ਕੀਤੀ ਉਹਨਾਂ ਨੇ ਖੁਸ਼ ਹੋ ਕੇ। ਅੱਛਾ, ਉਹਨਾਂ ਕਦੇ ਛੱਡਿਆ ਨਹੀਂ? ਛੱਡਿਆ ਨਹੀਂ। ਦਾਦਾ ਜੀ ਹੋਰ ਵੀ ਕਹਿੰਦੇ ਹੁੰਦੇ ਸੀ? ਫਿਲਹਾਲ ਤਾਂ ਦਾਦਾ ਜੀ ਉਹਨਾਂ ਨੂੰ ਸ਼ਾਇਦ ਤਕਰੀਬਨ ਪਤਾ ਹੀ ਨਹੀਂ। ਅੱਛਾ। ਹਾਂਜੀ, ਕਿਉਂਕਿ ਉਹ ਜਦੋਂ ਉਹਨਾਂ ਨੇ ਇੱਧਰੋਂ ਜਾਣਾ ਜਾਂ ਆਉਣਾ ਕਿਸੇ ਨੂੰ ਤਕਰੀਬਨ ਪਤਾ ਨਹੀਂ ਹੁੰਦਾ, ਸਿਰਫ ਆਰਮੀ ਦੇ ਲੋਕ ਘਰੇ ਆਉਣੇ, ਉਹਨਾਂ ਨਾਲ ਡਿਸਕਸ ਉਹਨਾਂ ਦੀ ਚੱਲਣੀ ਜਾਂ ਕੋਈ ਟਾਸਕ ਵਗੈਰਾ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਹੋਣੀ, ਅਤੇ ਉਸ ਤੋਂ ਬਾਅਦ ਉਹਨਾਂ ਦਾ ਰਾਊਂਡ ਬਣਨਾ, ਪਾਕਿਸਤਾਨ ਦਾ ਰਾਊਂਡ ਬਣਨਾ, ਉੱਥੋਂ ਫਿਰ 2-3 ਦਿਨ ਬਾਅਦ ਵਾਪਸ ਆਉਣਾ, ਬਸ ਆਪਣੇ ਆਪ 'ਚ ਮਸਤ ਰਹਿਣਾ ਜਾਂ ਘਰੇ ਰਹਿਣਾ ਇਸ ਤਰ੍ਹਾਂ ਦਾ। ਜਾਣ ਆਉਣ ਦਾ ਪਤਾ ਨਹੀਂ ਹੁੰਦਾ ਸੀ ਕਦੋਂ ਜਾਣਾ ਕਦੋਂ ਨਹੀਂ ਜਾਣਾ, ਇਹ ਚੀਜ਼ ਦਾ ਤਾਂ ਪਤਾ ਨਹੀਂ ਹੁੰਦਾ ਸੀ। ਹਾਂਜੀ ਹਾਂਜੀ, ਇਹਦੇ ਵਿੱਚ 99 ਆਪਣੇ 99 ਦੀ ਕਾਰਗਿਲ ਲੜਾਈ ਲੱਗੀ ਸੀ, ਪਲੱਸ 1 ਦੇ ਐਗਜ਼ਾਮ ਮੇਰੇ ਚੱਲ ਰਹੇ ਸੀ ਉਦੋਂ। ਓਕੇ। ਅਤੇ ਲਾਸਟ ਵਾਰ ਮੈਂ ਉਦੋਂ ਪਾਪਾ ਨੂੰ ਦੇਖਿਆ, ਲਾਸਟ ਸੀਨ ਜਦੋਂ ਮੈਂ ਵੇਖਦਾ, ਮੈਂ ਸਕੂਲ ਤੋਂ ਆ ਰਿਹਾ ਸੀ ਆਪਣਾ ਐਗਜ਼ਾਮ ਦੇ ਕੇ, ਪਾਪਾ ਜਾ ਰਹੇ ਸੀ ਬਾਜ਼ਾਰ, ਕ੍ਰੀਮ ਕਲਰ ਦਾ ਕੁੜਤਾ ਪਜਾਮਾ ਪਹਿਨਿਆ ਸੀ ਉਹਨਾਂ ਨੇ, ਹੱਥ 'ਚ ਇੱਕ ਪੋਲੀਥੀਨ ਲਿਆ ਸੀ, ਅਤੇ ਮੇਰੇ ਕੋਲ ਆਉਂਦੀ ਲੰਘਦੇ ਆ, ਜਿਸ ਤਰ੍ਹਾਂ ਰੋਡ 'ਤੇ ਦੇਖਿਆ ਉਹਨਾਂ ਨੂੰ ਮੈਂ ਰਸਤੇ 'ਚ, ਅਤੇ ਇੱਕ ਹਲਕੀ ਜਿਹੀ ਸਮਾਈਲ ਕਰਕੇ ਮੈਨੂੰ ਲੰਘਦੇ ਨੇ ਕੋਲੋਂ, ਉਹ ਬਸ ਉਹਨਾਂ ਉਹ ਵੇਖਣਾ ਮੇਰਾ ਲਾਸਟ ਵਾਰ ਵੇਖਣਾ ਹੋਇਆ। ਅੱਛਾ, 99 ਦੇ ਵਿੱਚ ਸੀ, ਉਹ ਘਰੇ ਵੀ ਨਹੀਂ ਤੁਸੀਂ ਮਿਲੇ, ਤੁਸੀਂ ਰੋਡ 'ਤੇ ਹੀ ਮਿਲੇ? ਮੈਂ ਰੋਡ 'ਤੇ ਹੀ ਮਿਲਿਆ ਬਸ, ਉਹ ਮੇਰਾ ਲਾਸਟ ਵਾਰ ਵੇਖਣਾ ਹੋਇਆ। ਅੱਛਾ। ਉਹ ਹੁਣ ਤੱਕ ਉਹ ਵਾਲਾ ਸੀਨ ਮੇਰੇ ਰੌਣ ਕਰਦਾ ਰਹਿੰਦਾ ਦਿਮਾਗ 'ਚ, ਹੁਣ ਵੀ ਅੱਖਾਂ ਅੱਗੇ ਘੁੰਮਦਾ। ਬਿਲਕੁਲ ਬਿਲਕੁਲ, ਉਹ ਚੀਜ਼ਾਂ ਵੀ ਉਦੋਂ ਫਾਦਰ ਸਾਹਿਬ ਨੂੰ ਲਾਸਟ ਵਾਰ ਤੁਸੀਂ ਮਿਲੇ? ਹਾਂਜੀ। ਫਿਰ ਉਸ ਤੋਂ ਬਾਅਦ ਪਾਕਿਸਤਾਨ ਚਲੇ ਜਾਂਦੇ ਆ? ਹਾਂਜੀ, ਪਾਕਿਸਤਾਨ ਚਲੇ ਜਾਂਦੇ ਆ। ਉਸ ਤੋਂ ਬਾਅਦ ਫਿਰ ਉਹਨਾਂ ਦੀ ਜਿਸ ਤਰ੍ਹਾਂ ਆਪਾਂ ਵੇਟ ਕਰਦੇ ਕਿ 3 ਦਿਨ ਬਾਅਦ ਆ ਹੀ ਜਾਂਦੇ ਪਾਪਾ। ਓਕੇ, 3-4 ਦਿਨ ਬਾਅਦ, 1 ਵੀਕ ਬਾਅਦ ਜਾਂ ਆ ਜਾਣਗੇ, ਸ਼ਾਇਦ ਲੇਟ ਹੋ ਗਏ ਹੋਣੇ, ਕੋਈ ਪ੍ਰੋਬਲਮ ਚੱਲ ਰਹੀ ਹੋਣੀ ਆ, ਲੜਾਈ ਵੀ ਲੱਗੀ ਕਾਰਗਿਲ ਦੀ। ਇਸ ਤਰ੍ਹਾਂ ਚੱਲਦਿਆਂ 2 ਵੀਕ ਹੋਏ, 3 ਵੀਕ ਹੋਏ, 1 ਮੰਥ ਹੋ ਗਿਆ, ਘਰੇ ਸਭ ਪਰੇਸ਼ਾਨ ਹੋਣ ਲੱਗੇ। ਛੋਟੇ ਮੇਰੇ ਸਿਸਟਰ ਹੀ ਮੇਰੇ ਤੋਂ ਛੋਟੇ ਨੇ, ਉਹ ਬੜਾ ਪਿਆਰ ਹੀ ਉਹਨਾਂ ਦਾ ਲਗਾਅ ਬੜਾ ਸੀ ਪਾਪਾ ਨਾਲ, ਇਕਦਮ ਬਿਮਾਰ ਪੈ ਗਏ ਉਹ। ਮੇਰੇ ਦਾਦਾ ਜੀ, ਚਾਚਾ ਜੀ ਸਭ ਉਹਨਾਂ ਨੇ ਇੱਧਰ ਉੱਧਰ ਪੁੱਛਗਿੱਛ ਸ਼ੁਰੂ ਕੀਤੀ ਕਿ ਕਿੱਥੇ ਚਲੇ ਗਏ, ਸ਼ਾਇਦ ਕਿਤੇ ਇੱਧਰ ਉੱਧਰ ਗਏ ਵੀ ਹੋਣੇ ਕੰਮ 'ਤੇ, ਵਾਪਸ ਕਿਉਂ ਨਹੀਂ ਆਇਆ ਸਤਪਾਲ, ਆਉਣਾ ਚਾਹੀਦਾ ਸੀ ਘਰੇ ਬੱਚਿਆਂ 'ਚ। ਤਾਂ 1 ਮੰਥ ਤੋਂ ਬਾਅਦ ਕੋਈ ਇੱਕ ਅਣਜਾਣ ਜਿਹਾ ਆਦਮੀ ਆਉਂਦਾ ਵਾ ਸਾਡੇ ਧਾਰੀਵਾਲ 'ਚ, ਇੱਕ ਸਾਡੀ ਇੱਥੇ ਮਾਰਕੀਟ ਆ ਬਾਹਰ ਰੋਡ 'ਤੇ, ਹਾਂਜੀ, ਉੱਥੇ ਇੱਕ ਸ਼ੋਪ 'ਤੇ ਮੈਸੇਜ ਕਰਦਾ ਉਹ ਕਿ ਸਤਪਾਲ ਪਾਕਿਸਤਾਨ ਉੱਥੇ ਰੈਸਟ ਹੋ ਗਿਆ ਬਾਰਡਰ 'ਤੇ ਅਚਾਨਕ ਹੀ। ਓਕੇ। ਇਹ ਖਬਰ ਮਿਲਦੀ ਹੈ ਘਰੇ, ਇੱਕਦਮ ਜਿਸ ਤਰ੍ਹਾਂ ਤੁਸੀਂ ਮੰਨ ਲਓ ਕਿ ਜ਼ਮੀਨ ਪੈਰਾਂ ਥੱਲਿਓਂ ਨਿਕਲ ਜਾਂਦੀ ਹੈ ਸੁਣ ਕੇ। ਓਕੇ। ਇੱਕਦਮ ਰੋਣਾ, ਚੀਕਾਂ, ਚੀਕ ਚਕਾੜਾ, ਇੱਕਦਮ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਵਾ, ਬਹੁਤ ਪਰੇਸ਼ਾਨੀ ਵਾਲਾ ਮਾਹੌਲ, ਕਿ ਇੱਕ ਦੂਸਰੇ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੋ ਗਿਆ ਸੀ ਉਦੋਂ, ਮੈਨੂੰ ਯਾਦ ਆ ਕਿ ਬੜੀ ਬਹੁਤ ਪਰੇਸ਼ਾਨੀ, ਕਿ ਯਕੀਨ ਨਹੀਂ ਹੁੰਦਾ ਸੀ ਕਿ ਪਾਪਾ ਬਾਰਡਰ 'ਤੇ ਉੱਥੇ ਰੈਸਟ ਹੋ ਗਏ ਨੇ, ਜਾਂ ਕਿਸ ਤਰ੍ਹਾਂ ਹੋ ਗਏ, ਕਿਉਂ ਹੋ ਗਏ, ਕਿਸ ਤਰ੍ਹਾਂ ਕਿਸ ਪੁਜੀਸ਼ਨ 'ਚ ਹੋਣੇ ਆ, ਜਾਂ ਕੀ ਕੀਤਾ ਹੋਣਾ ਵਾ ਉਹਨਾਂ ਨੇ ਫੜ ਕੇ ਉਹਨਾਂ ਨੂੰ। ਅਤੇ ਉਹ ਮੈਸੇਜ ਕਰਕੇ ਚਲੇ ਜਾਂਦਾ ਵਾ ਬੰਦਾ, ਪਤਾ ਨਹੀਂ ਕਿ ਉਹ ਕੌਣ ਸੀ, ਏਜੰਸੀ ਦਾ ਬੰਦਾ ਸੀ ਜਾਂ CID ਦਾ ਬੰਦਾ ਸੀ, ਕੋਈ ਮੁਲਾਜ਼ਮ ਸੀ ਜਾਂ ਕੌਣ ਸੀ, ਸਿਫਲ ਦੀ ਸਿਫਲ ਯੂਨੀਫਾਰਮ 'ਚ ਸਿਫਲ ਕੱਪੜਿਆਂ ਵਿੱਚ ਉਹ ਬੰਦਾ ਹੁੰਦਾ, ਅਤੇ ਮੈਸੇਜ ਕਰਕੇ ਚਲ ਜਾਂਦਾ ਬਸ। ਅਤੇ ਉਹ ਕਹਿੰਦੇ ਕਿ ਪਾਕਿਸਤਾਨ 'ਚ ਸਤਪਾਲ ਰੈਸਟ ਹੋ ਗਿਆ ਵਾ, ਅਤੇ ਉਸ ਤੋਂ ਬਾਅਦ ਘਰੇ ਪਤਾ ਲੱਗਦਾ ਵਾ, ਘਰੇ ਤਾਂ ਬੜਾ ਮਾਹੌਲ ਇਸ ਤਰ੍ਹਾਂ ਦਾ ਬਣ ਜਾਂਦਾ ਵਾ। ਫਿਰ ਪੇਪਰ ਛਪਣਾ ਸ਼ੁਰੂ ਹੁੰਦੇ ਨੇ, ਟੈਲੀਵਿਜ਼ਨ 'ਚ ਚੈਨਲਾਂ 'ਤੇ ਆਉਣਾ ਸ਼ੁਰੂ ਹੋ ਗਿਆ ਪਾਕਿਸਤਾਨ 'ਚ ਬੰਦਾ ਸਤਪਾਲ ਰੈਸਟ ਹੋ ਗਿਆ ਉੱਥੇ ਬਾਰਡਰ 'ਤੇ, ਕਾਰਗਿਲ ਦੀ ਲੜਾਈ ਲੱਗੀ ਸੀ ਅਤੇ ਕਿਸ ਤਰ੍ਹਾਂ ਉੱਥੇ ਐਡਾ ਵੱਡਾ ਕੰਮ ਹੋ ਗਿਆ। ਇਸ ਤਰ੍ਹਾਂ ਪੇਪਰ ਛਪਦੇ ਟੈਲੀਵਿਜ਼ਨ 'ਚ ਆਉਂਦੇ, ਕੋਈ 1 ਵੀਕ ਹੋਰ ਨਿਕਲਦਾ ਅਤੇ ਪਤਾ ਲੱਗਦਾ ਕਿ ਸਤਪਾਲ ਜੀ ਸ਼ਹੀਦ ਹੋ ਗਏ ਨੇ ਉੱਥੇ। ਉਹਨਾਂ ਨੇ ਇੰਨਾ ਟੋਰਚਰ ਕੀਤਾ ਸਤਪਾਲ ਨੂੰ, ਇੰਨੇ ਤਸੀਹੇ ਦਿੱਤੇ ਆ ਕਿ ਉਹਦੇ ਨਾਲ ਹੀ ਸਤਪਾਲ ਦੀ ਡੈਥ ਹੋ ਗਈ, ਉੱਧਰ ਸ਼ਹੀਦ ਹੋ ਗਏ ਨੇ। ਅਤੇ ਬੜਾ ਇਹ ਚੀਜ਼ ਤੁਹਾਨੂੰ ਖਬਰਾਂ ਦੇ ਰਾਹੀਂ ਪਤਾ ਲੱਗਦੀ ਹੈ ਜਾਂ ਉਸ ਤੋਂ ਬਾਅਦ ਵੀ ਕੋਈ ਮੈਸੇਜ? ਕੋਈ ਨਹੀਂ, ਉਸ ਤੋਂ ਬਾਅਦ ਕੋਈ ਬੰਦਾ ਨਹੀਂ ਆਇਆ, ਇਹ ਫਿਰ ਖਬਰਾਂ ਤੋਂ ਸਾਨੂੰ ਪਤਾ ਲੱਗਦਾ। ਉਹ ਬੰਦਾ ਇੱਕ ਮੈਸੇਜ ਕਰ ਗਿਆ ਕਿ ਉਹ ਰੈਸਟ ਹੋ ਗਏ ਨੇ, ਉਸ ਤੋਂ ਬਾਅਦ ਪਤਾ ਚੱਲਿਆ ਕਿ
ਉਹਨਾਂ ਦੀ ਡੈਥ ਹੋ ਗਈ ਆ ਉਹ ਸ਼ਹੀਦ ਹੋ ਗਏ ਨੇ ਉਧਰ ਬਸ ਅਰੈਸਟ ਹੋਣ ਤੋਂ ਕਿੰਨਾ ਸਮਾਂ ਬਾਅਦ ਹਫ਼ਤਾ ਕੁ ਬਾਅਦ ਮੈਸੇਜ ਆ ਜਾਂਦਾ ਹਾਂਜੀ 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 ਤੇ ਫਿਰ ਦਾਦਾ ਜੀ ਚਾਚਾ ਜੀ ਮੇਰੇ ਕੋਸ਼ਿਸ਼ ਕਰਦੇ ਨੇ ਕਈ ਲੀਡਰਾਂ ਨਾਲ ਗੱਲ ਕਰਨ ਦੀ ਕਈ ਆਫਿਸਰਾਂ ਨਾਲ ਗੱਲ ਕਰਨ ਦੀ ਕਿ ਹੁਣ ਡੈਡ ਬੋਡੀ ਨੂੰ ਇੰਡੀਆ ਵਾਪਸ ਲੈ ਕੇ ਆਉਣਾ ਅਤੇ ਇਹਦੇ ਵਿੱਚ ਉਹਦੇ ਵਿੱਚ ਵੀ ਫਿਰ ਡੇਢ ਮਹੀਨਾ ਹੋ ਗਿਆ ਡੈਡ ਬੋਡੀ ਨੂੰ ਕੋਈ ਪਾਕਿਸਤਾਨ 'ਚ ਹੀ ਰੱਖਿਆ ਉਹਨਾਂ ਨੂੰ ਅਤੇ ਕੋਈ ਇੰਤਜ਼ਾਮ ਕੋਈ ਖਾਸ ਇੰਤਜ਼ਾਮ ਨਹੀਂ ਹੋ ਰਿਹਾ ਸੀ ਬੜਾ ਕਰ ਕਰਾ ਕੇ ਬੜੀ ਹਿੰਮਤ ਨਾਲ ਬੜੀ ਕੋਸ਼ਿਸ਼ਾਂ ਨਾਲ ਜਿਸ ਤਰ੍ਹਾਂ ਕਹਿ ਲਓ ਕਰਕੇ ਫਿਰ ਡੈਡ ਬੋਡੀ ਨੂੰ ਓਕੇ ਅੱਛਾ ਜੀ ਡੈਡ ਬੋਡੀ ਨੂੰ ਪਾਕਿਸਤਾਨ ਏਜੰਸੀ ਜਿਸ ਤਰ੍ਹਾਂ ਪਾਕਿਸਤਾਨ ਗੌਰਮੈਂਟ ਸਾਡੇ ਅੰਮ੍ਰਿਤਸਰ ਬਾਘਾ ਬਾਰਡਰ 'ਤੇ ਭੇਜਦੀ ਆ ਓਕੇ ਫਿਰ ਇੱਥੋਂ ਇੱਥੋਂ ਸਾਡੇ ਪਿੰਡ ਦੇ ਪੰਚਾਇਤ ਹੁੰਦੇ ਨੇ ਪੰਚ ਪੰਚਾਇਤ ਨਾਲ ਸਾਡੇ ਦਾਦਾ ਜੀ ਫੈਮਿਲੀ ਸਾਰੀ ਸਾਨੂੰ ਤਾਂ ਲੈ ਕੇ ਨਹੀਂ ਜਾਂਦੇ ਮਮਾ ਜੀ ਨੂੰ ਨਹੀਂ ਲੈ ਕੇ ਜਾਂਦੇ ਸੀ ਬਾਰਡਰ 'ਤੇ ਅਤੇ ਉਹ ਫਿਰ ਬਾਰਡਰ 'ਤੇ ਜਾ ਕੇ ਉਹਨਾਂ ਨੇ ਫਿਰ ਡੈਡ ਬੋਡੀ ਨੂੰ ਰਿਸੀਵ ਕਰਿਆ ਉੱਥੋਂ ਓਕੇ ਇੱਕ ਡੈਡ ਬੋਡੀ ਸਰਟੀਫਿਕੇਟ ਉੱਥੋਂ ਬਣਦਾ ਇੱਕ ਸਰਕਾਰੀ ਉਹ ਦਿੱਤਾ ਨਾਲ ਉਹਨਾਂ ਨੇ ਇਹ ਮੇਰੇ ਕੋਲ ਫਲੈ ਗਿਆ ਮੇਰੇ ਕੋਲ ਪਿਆ ਹਾਂਜੀ ਇਹ ਡੈਡ ਬੋਡੀ ਉਹਨਾਂ ਦੇ ਰਿਸੀਵ ਕਰਦੇ ਆ ਦਾਦਾ ਜੀ ਨੇ ਜਦੋਂ ਦੇਖਿਆ ਅਤੇ ਇੰਨਾ ਜ਼ਿਆਦਾ ਬੁਰਾ ਹਾਲ ਡੈਡ ਬੋਡੀ ਦਾ ਉਹਨਾਂ ਨੇ ਕੀਤਾ ਸੀ ਟੋਰਚਰ ਕਰਕੇ ਅੱਛਾ ਮੇਰੇ ਦਾਦਾ ਜੀ ਨੇ ਉਹਨਾਂ ਨੂੰ ਪਹਿਚਾਨਣਾ ਹੀ ਇਨਕਾਰ ਕਰ ਦਿੱਤਾ ਕਿ ਇਹ ਸਤਪਾਲ ਨਹੀਂ ਆ ਮੇਰਾ ਬੇਟਾ ਨਹੀਂ ਆ ਅੱਛਾ ਇੰਨਾ ਤਰ੍ਹਾਂ ਉਹਨਾਂ ਨੇ ਬੁਰੀ ਤਰ੍ਹਾਂ ਉਹਨਾਂ ਨੂੰ ਮਾਰਿਆ ਸੀ ਡੈਡ ਬੋਡੀ ਦੇ ਉੱਪਰ ਇਹ ਫਲੈਗ ਉਦੋਂ ਆਇਆ ਹਾਂਜੀ ਸਾਡੀ ਇੰਡੀਆ ਗਵਰਨਮੈਂਟ ਨੇ ਡੈਡ ਬੋਡੀ ਦੇ ਉੱਪਰ ਪਾਇਆ ਇਹਦੇ ਉੱਪਰ ਬਲੱਡ ਦੇ ਨਿਸ਼ਾਨ ਨੇ ਮੈਂ ਤੁਹਾਨੂੰ ਦਿਖਾਉਂਦਾ ਹਾਂਜੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਅੱਛਾ ਇਹ ਉਦੋਂ ਦੇ ਨੇ 2000 ਦੇ ਨੇ ਉਦੋਂ ਦਾ ਨੇ ਤੁਸੀਂ ਇਹ ਤੋਂ ਅੰਦਾਜ਼ਾ ਲਗਾ ਸਕਦੇ ਜੇ ਕਿ ਕਿੰਨੀ ਬੁਰੀ ਤਰ੍ਹਾਂ ਨਾਲ ਉਹਨਾਂ ਨੂੰ ਟਾਰਚਰ ਕੀਤਾ ਹੋਣਾ ਕਿ ਬਲੱਡ ਦੇ ਨਿਸ਼ਾਨ ਅਜੇ ਤੱਕ ਵੀ ਨੇ ਇਹਦੇ ਉੱਪਰ ਬਿਲਕੁਲ ਬਿਲਕੁਲ ਅੱਛਾ ਇਹ ਡੈਡ ਬੋਡੀ ਦੇ ਉੱਪਰ ਸੀ ਇਹ ਫਲੈਗ ਜਿਹੜਾ ਸੀ ਹਾਂਜੀ ਹਾਂਜੀ ਓਕੇ ਇਹ ਉਦੋਂ ਦੇ ਬਲੱਡ ਦੇ ਨਿਸ਼ਾਨ ਅੱਛਾ ਇਸ ਤਰ੍ਹਾਂ ਦੇ ਨਾਲ ਟਾਰਚਰ ਕੀਤਾ ਸੀ ਕਿ ਤੁਹਾਡੇ ਦਾਦਾ ਜੀ ਨੇ ਖੁਦ ਪਹਿਚਾਨਣ ਤੋਂ ਇਨਕਾਰ ਕਰਤਾ ਨਹੀਂ ਹੋ ਸਕਦਾ ਇਹ ਸਤਪਾਲ ਨਹੀਂ ਹੋ ਸਕਦੇ ਫਿਰ ਮੇਰੇ ਪਾਪਾ ਦੇ ਕੁਛ ਜਿਸ ਤਰ੍ਹਾਂ ਬਚਪਨੇ ਕੁਝ ਚਿੰਨ ਹੁੰਦੇ ਨੇ ਨਿਸ਼ਾਨੀਆਂ ਹੁੰਦੀਆਂ ਨੇ ਹਾਂਜੀ ਉਹਦੇ ਤੋਂ ਫਿਰ ਮੇਰੇ ਦਾਦਾ ਜੀ ਨੇ ਉਹਨਾਂ ਨੂੰ ਵੇਖਿਆ ਹਾਂਜੀ ਅਤੇ ਡੈਡ ਬੋਡੀ ਫਿਰ ਲੈ ਕੇ ਆਏ ਪਿੰਡ ਬੜੇ ਨਾਲ ਫਿਰ ਲੀਡਰਸ ਲੋਕ ਮੰਤਰੀ ਕੁਛ ਅਲੱਗ ਅਲੱਗ ਪਿੰਡਾਂ ਤੋਂ ਸ਼ਹਿਰਾਂ ਤੋਂ ਦੂਰੋਂ ਵੀ ਕਾਫੀ ਦੂਰੋਂ ਦੂਰੋਂ ਲੋਕ ਇੰਨੇ ਲੋਕ ਅਤੇ ਇੰਨੀ ਭੀੜ ਸੀ ਇੱਥੇ ਕਿ ਪੈਰ ਰੱਖਣ ਨੂੰ ਜਗ੍ਹਾ ਨਹੀਂ ਕਿ ਸਾਨੂੰ ਖੁਦ ਪਤਾ ਨਹੀਂ ਕਿ ਆਪਾਂ ਪਾਪਾ ਦੀ ਡੈਡ ਬੋਡੀ ਨੂੰ ਵੇਖ ਪਾਉਣਾ ਕਿ ਨਹੀਂ ਓਕੇ ਇੰਨੀ ਜ਼ਿਆਦਾ ਭੀੜ ਸੀ ਅਤੇ ਕਿਸ ਤਰ੍ਹਾਂ ਵੀ ਚਲੋ ਸਾਨੂੰ ਦਿਖਾਇਆ ਗਿਆ ਪਾਪਾ ਦੀ ਡੈਡ ਬੋਡੀ ਨੂੰ ਵੇਖਿਆ ਤੁਸੀਂ ਸ਼ਾਇਦ ਯਕੀਨ ਨਹੀਂ ਕਰੋ ਕਿ ਉਹਨਾਂ ਦੇ ਨਾਖੂਨ ਖਿੱਚੇ ਹੋਏ ਸੀ ਪਲਾਸ ਨਾਲ ਦੰਦ ਤੋੜੇ ਹੋਏ ਸੀ ਉਹਨਾਂ ਦੇ ਉਹਨਾਂ ਦੀਆਂ ਲੱਤਾਂ 'ਤੇ ਲੰਬੇ ਲੰਬੇ ਕੱਟ ਸੀ ਸਿਰ 'ਤੇ ਪੱਟੀ ਸੀ ਚੋੜ ਦੇ ਨਿਸ਼ਾਨ ਫੇਸ 'ਤੇ ਨੀਲ ਦੇ ਨਿਸ਼ਾਨ ਜਿਸ ਤਰ੍ਹਾਂ ਨੀਲੇ ਨੀਲੇ ਨਿਸ਼ਾਨ ਬੜੀ ਬੁਰੀ ਤਰ੍ਹਾਂ ਨਾਲ ਜਿਸ ਤਰ੍ਹਾਂ ਸ਼ੋਟ ਕੀਤਾ ਹੋਏ ਸ਼ੋਟ ਮਾਰਿਆ ਹੋਏ ਜਾਂ ਦੌੜਾ ਕੇ ਸ਼ੂਟ ਕੀਤਾ ਹੋਏ ਇਸ ਤਰ੍ਹਾਂ ਦੇ ਡੂੰਘੇ ਨਿਸ਼ਾਨ ਉਹਨਾਂ ਦੀਆਂ ਲੱਤਾਂ 'ਚ ਓਕੇ ਬੜਾ ਬੁਰਾ ਹਾਲ ਦੇਖਿਆ ਡੈਡ ਬੋਡੀ ਨੂੰ ਅਜੇ ਤੱਕ ਉਹ ਸੀਨ ਘੁੰਮਦੇ ਨੇ ਅੱਖਾਂ ਦੇ ਅੱਗੇ ਆਉਂਦੇ ਨੇ ਅਤੇ ਉਹ ਸਮਾਂ ਸੀ ਚਲੋ ਬੜੇ ਬੜੇ ਲੀਡਰ ਆਏ ਆਪਣੇ ਉਸ ਟਾਈਮ ਦੀ ਸਰਕਾਰ 'ਚ ਬਾਜਵਾ ਸਾਹਿਬ ਸੀ ਕੈਪਟਨ ਅਮਰਿੰਦਰ ਸਿੰਘ ਬਿੱਟਾ ਜੀ ਜਿਨ੍ਹਾਂ ਨੇ ਸ਼ਰਧਾਂਜਲੀ ਦਿੱਤੀ ਇੰਨੀ ਭੀੜ ਵਿੱਚ ਇੰਨੇ ਲੋਕਾਂ 'ਚ ਉਹ ਬੋਲ ਗਏ ਕਿ ਸੁਰਿੰਦਰਪਾਲ ਦੀ ਏਜ ਹੁੰਦੀ ਆ ਮੈਨੂੰ ਪੰਜਾਬ ਪੁਲਿਸ 'ਚ ਕਰਾਉਂਦਾ ਤੁਹਾਡੇ ਬਾਰੇ ਬੋਲ ਗਏ ਹਾਂਜੀ ਉਦੋਂ ਤੁਹਾਡੀ 15 ਸਾਲ ਦੀ ਏਜ ਸੀ ਸ਼ਾਇਦ ਹਾਂਜੀ 17-18 ਸਾਲ 17-18 ਸਾਲ ਜਦੋਂ ਡੈਥ ਹੁੰਦੀ ਹਾਂਜੀ ਓਕੇ ਉਹ ਕਹਿੰਦਾ ਕਿ ਏਜ ਸੁਰਿੰਦਰ ਦੀ ਹੁੰਦੀ ਆ ਤਾਂ ਮੈਨੂੰ ਪੰਜਾਬ ਪੁਲਿਸ 'ਚ ਕਰਵਾ ਦੂੰਗਾ ਇਹ ਕਿੰਨਾਂ ਨੇ ਕਿਹਾ ਸੀ ਜੀ ਇਹ ਕੈਪਟਨ ਮਨਿੰਦਰ ਸਿੰਘ ਬਿੱਟਾ ਓਕੇ ਓਕੇ ਬਿੱਟਾ ਜੀ ਨੇ ਹਾਂਜੀ ਅਤੇ ਸਾਡੇ ਬਾਜਵਾ ਸਾਹਿਬ ਉਦੋਂ ਇਹਨਾਂ ਦਾ ਹੀ 2000 ਸਾਂਚੇ ਇਹਨਾਂ ਦੀ ਸਰਕਾਰ ਹੀ ਇਹਨਾਂ ਨੇ ਕਿਹਾ ਕਿ ਮੈਂ ਚਲੋ ਹੁਣ ਸਤਪਾਲ ਜੀ ਤਾਂ ਸ਼ਹੀਦ ਹੋ ਗਏ ਨੇ ਦੇਸ਼ ਲਈ ਮੈਂ ਪੜ੍ਹਾਈ ਦਾ ਖਰਚਾ ਕਰਦਾ ਇਹਨਾਂ ਦਾ ਮੈਂ ਜ਼ਿੰਮੇਵਾਰੀ ਚੱਕਦਾ ਸਾਰੀ ਫਿਰ ਇਹ ਜਵਾਨ ਹੁੰਦੇ ਨੇ ਏਜ ਹੁੰਦੀ ਆ ਅਤੇ ਮੈਂ ਇਹਨਾਂ ਨੂੰ ਨੌਕਰੀ ਦਿੰਦਾ ਜਿਸ ਤਰ੍ਹਾਂ ਹੀ ਇੰਨੀ ਜ਼ਿਆਦਾ ਭੀੜ ਦੇਖ ਕੇ ਤੁਹਾਨੂੰ ਪਤਾ ਲੀਡਰ ਲੋਕ ਤਾਂ ਹੈ ਨਾ ਪਬਲਿਕ ਦੇ ਸਾਹਮਣੇ ਬਸ ਉਹ ਆਪਣਾ ਹੀਰੋਗਿਰੀ ਝਾੜਦੇ ਨੇ ਇੱਦਾਂ ਹੀ ਸਮਝ ਲਓ ਤੁਸੀਂ ਅਤੇ ਇਹ ਸਭ ਬੋਲ ਕੇ ਸਾਡੇ ਨਾਲ ਵਾਅਦਾ ਕਰਕੇ ਅਤੇ ਚਲੇ ਗਏ ਸ਼ਰਧਾਂਜਲੀ ਦਿੱਤੀ ਉਹਨਾਂ ਨੂੰ ਸੁਨਾਮੀ ਦਿੱਤੀ ਬਕਾਇਦਾ
ਇਹ ਫਲੈਗ ਫਿਰ ਮੈਂ ਉਦੋਂ ਤੋਂ ਹੀ ਚੱਕ ਲਿਆ ਉਹ ਡੈਡ ਬੋਡੀ ਤੋਂ ਰੱਖ ਲਿਆ ਕਿ ਜਦ ਤੱਕ ਪੰਜਾਬ ਸਰਕਾਰ ਪੰਜਾਬ ਗੌਰਮੈਂਟ ਸਾਨੂੰ ਸਾਡਾ ਮੁਆਵਜ਼ਾ ਬਣਦਾ ਜੋ ਨਹੀਂ ਦਿੰਦੀ ਜਾਂ ਸਾਡੀ ਜੋਬ ਨਹੀਂ ਲੱਗਦੀ ਕੋਈ ਪੈਨਸ਼ਨ ਵਗੈਰਾ ਹੈ ਨਾ ਜੋ ਵੀ ਸਾਡਾ ਹੱਕ ਬਣਦਾ ਪੰਜਾਬ ਗੌਰਮੈਂਟ ਨਹੀਂ ਦਿੰਦੀ ਉਦੋਂ ਤੱਕ ਮੈਂ ਆਪਣੇ ਕੋਲ ਰੱਖਾਂਗਾ ਇਹਦੇ 'ਤੇ ਬਲੱਡ ਦੇ ਨਿਸ਼ਾਨ ਨੇ ਇਸ ਤਰ੍ਹਾਂ ਹੀ ਰਹਿਣਗੇ ਮੁਆਵਜ਼ਾ ਮਿਲਦਾ ਜਾਂ ਸਾਡਾ ਹੱਕ ਗੌਰਮੈਂਟ ਸਾਨੂੰ ਦਿੰਦੀ ਫਿਰ ਮੈਨੂੰ ਵਾਸ਼ ਕਰਾਂਗਾ ਇਸ ਚੀਜ਼ ਨੂੰ ਦੇਖ ਕੇ ਯਾਦ ਤਾਂ ਆਉਂਦੀ ਹੋਣੀ ਹੈ ਪਿਤਾ ਜੀ ਹਾਂਜੀ ਬਿਲਕੁਲ ਬਿਲਕੁਲ ਇੱਕ ਇੱਕ ਗੱਲ ਇੱਕ ਇੱਕ ਸੀਨ ਦਿਮਾਗ 'ਚ ਉਸ ਤਰ੍ਹਾਂ ਰਹਿੰਦਾ ਅੱਖਾਂ ਦੇ ਅੱਗੇ ਆਉਂਦਾ ਅਤੇ ਉਦੋਂ ਜਦੋਂ ਸੀ ਪਾਪਾ ਉਦੋਂ ਖੁਸ਼ੀ ਹੁੰਦੀ ਕਿ ਦੇਸ਼ ਦੀ ਸੇਵਾ ਲਈ ਕੰਮ ਕਰਦੇ ਨੇ ਪਾਪਾ ਆਰਮੀ ਇੰਟੈਲੀਜੈਂਸੀ ਦਾ ਰੋ ਇੰਟੈਲੀਜੈਂਸੀ ਦਾ ਕੰਮ ਕਰਦੇ ਨੇ ਪਿੰਡ 'ਚੋਂ ਪਤਾ ਲੱਗਦਾ ਸੀ ਕਿ ਤੁਹਾਡੇ ਪਾਪਾ ਸਰਕਾਰੀ ਕੰਮ ਕਰਦੇ ਨੇ ਖੁਸ਼ੀ ਬੜੀ ਹੁੰਦੀ ਸੀ ਖੁਸ਼ ਹੁੰਦਾ ਸੀ ਮਨ ਅਤੇ ਹੁਣ ਗੁੱਸਾ ਵੀ ਬਹੁਤ ਹੁੰਦਾ ਹੈ ਕਿ ਇੰਨਾ ਵੱਡਾ ਕੰਮ ਸਾਡੇ ਇੰਡੀਆ ਲਈ ਕੀਤਾ ਪਾਪਾ ਨੇ ਸਾਡੇ ਪੰਜਾਬ ਸਰਕਾਰ ਦਾ ਕੀਤਾ ਅਤੇ ਪੰਜਾਬ ਸਰਕਾਰ ਨੇ ਕੋਈ ਮੁੱਲ ਨਹੀਂ ਪਾਇਆ ਉਹਦਾ ਕੋਈ ਕਦਰ ਨਹੀਂ ਕੀਤੀ ਇੰਨੇ ਸਾਲਾਂ ਦੇ ਅਸੀਂ ਧੱਕੇ ਖਾਂਦੇ ਦਰ ਦਰ ਭੜਕਦੇ ਹਾਂ ਦਫ਼ਤਰਾਂ ਦੇ ਚੱਕਰ ਮਾਰੇ ਇਨਸਾਫ਼ ਲਈ ਕੋਈ ਮੰਤਰੀ ਨਹੀਂ ਬੋੜਿਆ ਬਾਅਦ 'ਚ ਕਦੀ ਆਰਮੀ ਇੰਟੈਲੀਜੈਂਸੀ ਵਾਲੇ ਲੋਕ ਘਰ ਨਹੀਂ ਆਏ ਕਦੀ ਇੱਕ ਲੈਟਰ ਨਹੀਂ ਉਹਨਾਂ ਨੇ ਪਾਇਆ ਸਾਨੂੰ ਕਦੀ ਕੋਲ ਨਹੀਂ ਕੀਤੀ ਕੋਈ ਉਸ ਤੋਂ ਪਹਿਲਾਂ ਹੀ ਆਉਂਦੇ ਹੁੰਦੇ ਸੀ ਜਦੋਂ ਤੁਹਾਡੇ ਪਾਪਾ ਸਰਪਾਲ ਜੀ ਹੁੰਦੇ ਸੀ ਉਦੋਂ ਤਾਂ ਬੜੇ ਆਉਂਦੇ ਹੁੰਦੇ ਸੀ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਡੈਥ ਹੁੰਦੀ ਹੈ ਉਸ ਤੋਂ ਬਾਅਦ ਕੋਈ ਵੀ ਇੱਕ ਅਧਿਕਾਰੀ ਆਇਆ ਹੋਵੇ ਗਵਰਨਮੈਂਟ ਆਫ ਪੰਜਾਬ ਦਾ ਜਾਂ ਗਵਰਨਮੈਂਟ ਇੰਡੀਆ ਦਾ ਹਾਲਾਂਕਿ ਚਲੋ ਸ਼ਰਧਾਂਜਲੀ ਦੇਣ ਤਾਂ ਲੀਡਰ ਤੁਸੀਂ ਦੱਸਿਆ ਕਿ ਆਇਆ ਸੀ ਉਹਨੇ ਵੱਡੇ ਵੱਡੇ ਵਾਅਦੇ ਵੀ ਤੁਹਾਡੇ ਨਾਲ ਕੀਤੇ ਸੀ ਕਿ ਅਸੀਂ ਇਹ ਕਰਾਂਗੇ ਤਾਂ ਉਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਤੁਹਾਨੂੰ ਵਿੱਤੀ ਸਹਾਇਤਾ ਮਿਲੀ ਹੋਵੇ ਜਾਂ ਕੋਈ ਲੀਡਰ ਉਸ ਤੋਂ ਬਾਅਦ ਤੁਹਾਡੇ ਕੋਲ ਆਵੇ ਕਿ ਆਹ ਮੈਂ ਵਾਅਦਾ ਕੀਤਾ ਸੀ ਭਾਈ ਆਹ ਤੁਹਾਨੂੰ ਦੇ ਚੱਲੇ ਹਾਂ ਨਹੀਂ 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 ਉਸ ਤੋਂ ਬਾਅਦ ਇੱਕ ਵੀ ਅਧਿਕਾਰੀ ਨਹੀਂ ਘਰੇ ਵੜਿਆ ਨਾ ਕੋਈ ਲੈਟਰ ਸਾਨੂੰ ਆਇਆ ਇਹ ਆ ਕਿ ਮੈਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਮੰਮਾ ਨਾ ਦਫ਼ਤਰਾਂ 'ਚ ਜਾਂਦਾ ਰਿਹਾ ਡੀ ਸੀ ਦਫ਼ਤਰ ਚਲ ਜਾ ਕਿਤੇ ਐੱਮ ਐੱਲ ਏ ਦੇ ਘਰੇ ਚਲ ਜਾਓ ਉਹਦੇ ਦਫ਼ਤਰੇ ਚਲ ਜਾਓ ਬੜੇ ਧੱਕੇ ਖਾਧੇ ਖੁਦ ਲੈਟਰ ਲਿਖ ਕੇ ਸੋਨੀਆ ਗਾਂਧੀ ਦੇ ਟਾਈਮ ਤੋਂ ਆਪਣੇ ਮਨਮੋਹਨ ਸਿੰਘ ਦੇ ਟਾਈਮ ਤੋਂ ਖੁਦ ਲੈਟਰ ਮੈਂ ਕੱਢਦਾ ਰਿਹਾ ਅਤੇ ਹੁਣ ਮੇਰੇ ਕੋਲ ਲੈਟਰ ਮੇਰੀ ਫਾਈਲ 'ਚ ਪਏ ਹੋਏ ਨੇ ਆਪਣੇ ਪ੍ਰਧਾਨ ਮੰਤਰੀ ਦਾ ਲੈਟਰ ਵੀ ਇਹ 'ਚ ਆਇਆ ਹੋਇਆ ਮੈਨੂੰ ਅਤੇ ਮੁੱਖ ਮੰਤਰੀ ਦਾ ਲੈਟਰ ਵੀ ਆਇਆ ਹੋਇਆ ਅਤੇ ਲੈਟਰ 'ਤੇ ਆ ਜਾਂਦੇ ਨੇ ਮੈਂ ਲਿਖਦਾ ਵਾਂ ਉਹਦਾ ਰਿਸਪੋਂਸ ਵੀ ਆਉਂਦਾ ਪਰ ਅੱਗੋਂ ਸਾਡੀ ਪੰਜਾਬ ਸਰਕਾਰ ਦਾ ਹਾਲ ਆ ਦੇਖਿਓ ਤੁਸੀਂ ਲਿਖਦੇ ਹੋ ਤਾਂ ਰਿਸਪੋਂਸ ਜਿਹੜਾ ਹੈਗਾ ਆ ਜਾਂਦਾ ਪਰ ਅੱਗੋਂ ਹਾਂਜੀ ਕੁਛ ਨਹੀਂ ਹੁੰਦਾ ਆ ਦੇਖਿਓ ਹਾਂਜੀ ਬਿਲਕੁਲ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਲਿਖਿਆ ਹੋਇਆ ਹਾਂਜੀ ਉਹਨਾਂ ਬੁਲਾ ਠੀਕ ਹੈ ਹਾਂਜੀ ਓਕੇ ਅਤੇ ਪ੍ਰੈਸ 'ਚ ਵੀ ਤੁਸੀਂ ਵੇਖ ਸਕਦੇ ਹੋ ਕੋਈ ਚੈਨਲ ਇਸ ਤਰ੍ਹਾਂ ਦਾ ਨਹੀਂ ਹੈ ਕੋਈ ਮੈਗਜ਼ੀਨ ਇਸ ਤਰ੍ਹਾਂ ਦਾ ਨਹੀਂ ਹੈ ਜਿਸ 'ਚ ਨਹੀਂ ਛਪਿਆ ਹੋਇਆ ਗੌਰਮੈਂਟ ਵੇਖਦੇ ਹਾਂ ਸਾਰੀ ਸਭ ਕੁਛ ਦੇਖਦੇ ਹੋਏ ਵੀ ਫਿਰ ਵੀ ਅੱਖਾਂ 'ਤੇ ਪੱਟੀ ਅੱਛਾ ਜਦੋਂ ਕੋਈ ਤੁਸੀਂ ਤੁਹਾਡੀ ਖਬਰ ਛਪਦੀ ਆ ਜਿਸ ਤਰ੍ਹਾਂ ਦੇ ਨਾਲ ਤੁਹਾਡੀ ਕੋਈ ਇੰਟਰਵਿਊ ਆਉਂਦੀ ਆ ਤੁਹਾਡੇ ਫਾਦਰ ਦੇ ਬਾਬਤ ਇਹ ਚੀਜ਼ਾਂ ਤੁਸੀਂ ਦੱਸਦੇ ਹੋ ਉਸ ਤੋਂ ਬਾਅਦ ਇੰਟੈਲੀਜੈਂਸੀ ਤੁਹਾਡੇ ਨਾਲ ਸੰਪਰਕ ਕਰਦੀ ਆ ਇੰਟੈਲੀਜੈਂਸੀ ਇੰਨੇ ਸਾਲਾਂ ਬਾਅਦ ਇੱਕ ਥੋੜ੍ਹੀ ਦੇਰ ਹੋਈ ਆ ਲੋਕਡਾਊਨ ਤੋਂ ਬਾਅਦ ਦੀ ਗੱਲ ਹੈ ਕਿ ਚੰਡੀਗੜ੍ਹ ਤੋਂ ਇੱਕ ਪ੍ਰੈਸ ਰਿਪੋਰਟਰ ਨੇ ਜਗਵਿੰਦਰ ਸਿੰਘ ਹਾਂਜੀ ਉਹਨਾਂ ਦੀ ਇੱਕ ਇੰਟਰਵਿਊ ਉਹਨਾਂ ਨੇ ਸਾਡੀ ਕੀਤੀ ਸੀ ਉਸ ਤੋਂ ਬਾਅਦ ਇੰਟਰਵਿਊ ਕਰਨ ਤੋਂ ਬਾਅਦ ਦੋ ਕੁ ਹਫ਼ਤੇ ਬਾਅਦ ਏਜੰਸੀ ਵਾਲੇ ਆਏ ਸੀ ਓਕੇ ਏਜੰਸੀ ਵਾਲੇ ਇਸ ਤਰੀਕੇ ਨਾਲ ਆਏ ਕਿ ਅਸੀਂ ਅੱਗੇ ਤੋਂ ਖਬਰ ਨਹੀਂ ਉਹਨਾਂ ਦੀ ਛਾਪੀਏ ਜਾਂ ਅਸੀਂ ਖੱਪ ਨਾ ਕਰੀਏ ਗੌਰਮੈਂਟ ਤੱਕ ਕੋਈ ਗੱਲ ਨਾ ਪਹੁੰਚੇ ਇਹਨਾਂ ਦੀ ਉਹ ਆਪਣੇ ਵੱਲੋਂ ਇਸ ਤਰੀਕੇ ਨਾਲ ਆਏ ਉਹ ਸਾਡੇ ਨੰਬਰ ਲੈ ਗਏ ਉਹ ਬੋਲ ਕੇ ਗਏ ਕਿ ਸਾਡੇ ਨਾਲ ਤੁਸੀਂ ਸੰਪਰਕ ਕਰਨਾ ਸੀ ਅਸੀਂ ਤੁਹਾਡਾ ਕੁਛ ਸੋਚਦੇ ਤੁਸੀਂ ਸਾਡੇ ਨਾਲ ਮੇਲ ਨਹੀਂ ਕੀਤਾ ਸਾਡੇ ਨਾਲ ਤੁਸੀਂ ਮੇਲ ਕਰਦੇ ਪਰ ਉਹ ਉਸ ਟਾਈਮ ਇੰਨਾ ਕੇ ਬੋਲ ਕੇ ਚਲੇ ਗਏ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਹਰ ਰੋਜ਼ ਜਾਂ ਇੱਕ ਵੀਕ ਬਾਅਦ ਇੱਕ ਮੰਥ ਬਾਅਦ ਮੰਥ 'ਚ ਕਿੰਨੇ ਚੱਕਰ ਉਹਨਾਂ ਦੇ ਦਫ਼ਤਰਾਂ ਦੇ ਕੱਢਦੇ ਰਹੇ ਡੀ ਸੀ ਦਫ਼ਤਰ ਜਾਓ ਐੱਮ ਐੱਲ ਏ ਦੇ ਘਰੇ ਜਾਓ ਕਦੀ ਕਿਤੇ ਜਾਓ ਕੋਈ ਲੈਟਰ ਕੱਢੋ ਕਦੀ ਕੋਈ ਲੈਟਰ ਕੱਢੋ ਇਸ ਤਰ੍ਹਾਂ ਕਰਕੇ ਅੱਛਾ ਉਸ ਤੋਂ ਬਾਅਦ ਰਾਬਤਾ ਤੁਹਾਨੂੰ ਉਹਨਾਂ ਨੇ ਵੀ ਨਹੀਂ ਕੀਤਾ ਤੁਹਾਨੂੰ ਕਹਿ ਕੇ ਗਏ ਸੀ ਵੀ ਤੁਸੀਂ ਚਲੋ ਕੋਈ ਫੋਨ ਨਹੀਂ ਉਹਨਾਂ ਨੇ ਕੀਤਾ ਨੰਬਰ ਜ਼ਰੂਰ ਲੈ ਗਏ ਸਾਡੇ ਕੋਈ ਫੋਨ ਨਹੀਂ ਕੀਤਾ ਕੋਈ ਲੈਟਰ ਨਹੀਂ ਉਹਨਾਂ ਨੇ ਪਾਇਆ ਅੱਛਾ ਉਦੋਂ ਜਿਸ ਤਰ੍ਹਾਂ ਤੁਹਾਡੀ ਸ਼ਾਇਦ ਇੱਕ ਲੀਡਰ ਨੇ ਕਿਹਾ ਸੀ ਕਿ ਤੁਹਾਡੀ ਮੈਂ ਸਾਰੀ ਪੜ੍ਹਾਈ ਦਾ ਖਰਚਾ ਜਿਹੜਾ ਚੁੱਕੂੰਗਾ ਤੁਸੀਂ ਉਦੋਂ ਪਲੱਸ ਵਨ ਦੇ ਵਿੱਚ ਸੀ ਉਹਨਾਂ ਨੇ ਚੱਕਿਆ ਤੁਹਾਡਾ ਖਰਚਾ ਫਿਰ ਨਹੀਂ ਚੱਕਿਆ ਖਰਚਾ ਵੀ ਬਿਲਕੁਲ ਨਹੀਂ ਚੱਕਿਆ ਕੈਪਟਨ ਮਨਿੰਦਰ ਸਿੰਘ ਬੇਟਾ ਜੀ ਉਹ ਕਹਿ ਕੇ ਬਿਲਕੁਲ ਸ਼ਰੇਆਮ ਸਾ ਇੰਨੀ ਦੁਨੀਆ 'ਚ ਬੋਲ ਕੇ ਗਏ ਕਿ ਪੰਜਾਬ ਪੁਲਿਸ 'ਚ ਡਾਇਰੈਕਟਲੀ ਇਹਨੂੰ ਮੈਂ ਜੋਬ ਦਵਾਉਂਦਾ
ਤੇ ਉਹਨਾਂ ਨੇ ਵੀ ਕੋਈ ਲੈਟਰ ਨਹੀਂ ਮੈਨੂੰ ਆਇਆ ਉਹਨਾਂ ਦਾ, ਉਹਨਾਂ ਨੇ ਕਿਸੇ ਨੂੰ ਕਿਸੇ ਅਧਿਕਾਰੀ ਨੂੰ ਨਹੀਂ ਭੇਜਿਆ ਘਰੇ, ਕਿਸੇ ਨੂੰ ਨਹੀਂ, ਕਿਸੇ ਤਰ੍ਹਾਂ ਦੀ ਕੋਈ ਉਹਨਾਂ ਨੇ ਖਬਰ ਨਹੀਂ ਲਈ ਵੀ ਘਰ ਦੀ। ਵੀ ਸ਼ਹੀਦ ਸਤਪਾਲ ਦੇ ਘਰੇ ਮੈਂ ਖੁਦ ਗਿਆ ਸੀ, ਸ਼ਰਧਾਂਜਲੀ ਦਿੱਤੀ ਮੈਂ ਸਤਪਾਲ ਨੂੰ, ਅਤੇ ਬਾਅਦ 'ਚ ਦੇਖਾਂਗੇ ਕੀ ਹਾਲ ਹੈ ਉਹਨਾਂ ਦਾ, ਬੇਟੇ ਦਾ ਦੇਖਾਂ ਕਿ ਮੇਰਾ ਹੱਕ ਬਣਦਾ ਉਹਨੂੰ ਜੋਬ ਦੇਣ ਦਾ ਜਾਂ ਉਹਨਾਂ ਦਾ ਮੁਆਵਜ਼ਾ ਜੋ ਬਣਦਾ ਮੈਂ ਉਹਨਾਂ ਨੂੰ ਦੇਵਾਂਗਾ। ਅੱਛਾ, ਸ਼ਹੀਦੀ ਦੇ ਬਦਲੇ ਜਿਸ ਤਰ੍ਹਾਂ ਦੇ ਨਾਲ ਕਿਸੇ ਪੁਲਿਸ ਆਫਿਸਰ ਜਿਹੜੇ ਹੈਗੇ ਨੇ ਉਹਨਾਂ ਦੀ ਹੈ ਨਾ ਡੈਥ ਹੁੰਦੀ ਆ ਜਾਂ ਉਹ ਸ਼ਹੀਦ ਹੁੰਦੇ ਨੇ ਜਾਂ ਫਿਰ ਜਿਹੜੇ ਹੈਗੇ ਨੇ ਫੌਜੀ ਭਰਾ ਜਿਹੜੇ ਹੈਗੇ ਨੇ ਉਹ ਆਰਮੀ ਦੇ ਵਿੱਚੋਂ ਜਿਹੜੇ ਸ਼ਹੀਦ ਹੁੰਦੇ ਨਾ, ਤੁਹਾਨੂੰ ਮੁਆਵਜ਼ਾ ਜਿਹੜਾ ਹੈਗਾ ਉਹ ਵੀ ਦਿੱਤਾ ਜਾਂਦਾ, ਉਹਨਾਂ ਨੂੰ ਜਿਹੜੀ ਰਕਮ ਆ ਉਹ ਮਿਲਦੀ ਆ ਤੁਹਾਨੂੰ ਕਿਸੇ ਤਰ੍ਹਾਂ ਦੇ ਗਵਰਨਮੈਂਟ ਵੱਲੋਂ ਕੁਛ? ਤੁਸੀਂ ਇੰਨੇ ਆਪਾਂ ਦੂਰ ਕੀ ਜਾਣਾ, ਸਰਬਜੀਤ ਸਿੰਘ ਜੀ ਬਾਰੇ ਸੁਣਿਆ ਹੋਣਾ ਤੁਸੀਂ, ਪਾਕਿਸਤਾਨ ਦੀ ਇੱਕ ਹੀ ਜੇਲ੍ਹ 'ਚ ਉਦੋਂ ਕੈਦੀ ਸਨ ਅਤੇ ਮੇਰੇ ਫਾਦਰ ਸਾਹਿਬ ਵੀ ਇੱਕ ਹੀ ਜੇਲ੍ਹ 'ਚ, ਉਹ ਇਕੱਠੇ ਰਹਿੰਦੇ ਸਨ। ਅੱਛਾ, ਇਕੱਠੇ ਰਹਿੰਦੇ ਪਾਕਿਸਤਾਨ 'ਚ? ਸਾਡੇ ਇੱਥੇ ਪੰਜਾਬ ਸਰਕਾਰ ਨੇ, ਬਾਦਲ ਨੇ, ਬਾਦਲ ਸਾਹਿਬ ਨੇ ਉਹਨਾਂ ਨੂੰ 1 ਕਰੋੜ ਰੁਪਈਆ, ਦੋਨਾਂ ਬੇਟੀਆਂ ਨੂੰ ਨੌਕਰੀ ਦਿੱਤੀ ਅਤੇ ਹੋਰ ਵੀ ਕਈ ਸਹੂਲਤਾਂ ਦਿੱਤੀਆਂ ਘਰ ਵਿੱਚ। ਮੇਰੇ ਫਾਦਰ ਸਾਹਿਬ ਦੀ ਡੈਥ ਹੋ ਕੇ, ਸ਼ਹਾਦਤ ਹੋ ਕੇ, ਡੈਡ ਬੋਡੀ ਉੱਧਰੋਂ ਵਾਪਸ ਆਉਣਾ ਉਹਦੇ ਤੋਂ ਵੱਡਾ ਕੇਸ ਸੀ। ਫਿਰ ਗੌਰਮੈਂਟ ਫਿਰ ਵੀ ਇੰਨੀ ਰਹੀ, ਫਿਰ ਇਹਦੇ ਲਈ 1% ਵੀ ਉਹਨਾਂ ਨੇ, ਸਰਕਾਰ ਨੇ ਇਸ ਘਰ ਲਈ ਕੁਛ ਨਹੀਂ ਕੀਤਾ। ਘਰ ਦੇ ਹਾਲਾਤ ਤੁਸੀਂ ਵੇਖ ਸਕਦੇ ਹੋ, ਛੱਤਾਂ ਕੱਚੀਆਂ ਨੇ ਅਜੇ ਤੱਕ। ਪੜ੍ਹਾਈ ਮੇਰੀ ਛੁੱਟ ਗਈ, ਪਲੱਸ ਟੂ 'ਚ ਮੈਂ ਹੋਇਆ ਸੀ, ਪੜ੍ਹਾਈ ਮੇਰੀ ਛੁੱਟ ਗਈ। ਮੰਮਾ ਛੋਟੀ ਭੈਣ ਨੂੰ ਲੈ ਕੇ ਸ਼ਹਿਰ 'ਚ ਬਾਜ਼ਾਰ 'ਚ ਜਾ ਕੇ, ਘਰਾਂ ਘਰਾਂ 'ਚ ਜਾ ਕੇ ਬਰਤਨ ਸਾਫ਼ ਕਰਨੇ, ਸਫਾਈਆਂ ਕਰਨੀਆਂ, ਘਰ ਦਾ ਗੁਜ਼ਾਰਾ ਕਰਨਾ। ਮੈਂ ਪੇਂਟ ਦਾ ਕੰਮ ਸ਼ੁਰੂ ਕੀਤਾ, ਫਿਰ ਘਰ ਦਾ ਗੁਜ਼ਾਰਾ ਚੱਲਣਾ ਅਤੇ 1 ਰੋਟੀ ਦਾ ਸਾਧਨ ਬਣਨਾ। ਇਹ ਡੈਥ ਤੋਂ ਬਾਅਦ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਜਾਂ ਸਾਡੀ ਪੰਜਾਬ ਸਰਕਾਰ ਨੇ 1 ਸ਼ਹੀਦ ਪਰਿਵਾਰ ਦੇ ਘਰ ਦੇ ਕਰ ਦਿੱਤੇ, ਇਹ ਤੁਸੀਂ ਅੰਦਾਜ਼ਾ ਲਗਾ ਸਕਦੇ ਜੀ, ਦੇਖ ਲਓ। ਉਸ ਤੋਂ ਬਾਅਦ ਫਿਰ ਜਦੋਂ ਇਹ ਚੀਜ਼ਾਂ ਹੋਈਆਂ, ਫਿਰ ਪਰਿਵਾਰ ਦੇ ਵਿੱਚ ਬੈਠ ਕੇ ਗੱਲਬਾਤ ਕਰਦੇ, ਫਿਰ ਇੱਕ ਚੀਜ਼ ਦਾ ਅਫਸੋਸ ਹੁੰਦਾ ਸੀ ਕਿਤੇ ਨਾ ਕਿਤੇ ਕਿ ਜਿਹੜੇ ਜੋਬ ਫਾਦਰ ਸਾਹਿਬ ਕਰਦੇ ਰਹੇ ਅਤੇ ਅੱਜ ਸਾਨੂੰ ਕੁਛ ਦਿੱਤਾ ਵੀ ਨਹੀਂ, ਅਫਸੋਸ ਹੁੰਦਾ ਸੀ ਇਸ ਚੀਜ਼ ਦਾ ਜਾਂ ਅੱਜ ਵੀ ਹੈ, ਮਲਾਲ ਹੈ? ਬਿਲਕੁਲ ਬਿਲਕੁਲ ਮਲਾਲ ਹੈ, ਹੈ ਆਪਣੀ ਗੌਰਮੈਂਟ 'ਤੇ, ਆਪਣੇ ਪੰਜਾਬ ਸਰਕਾਰ 'ਤੇ ਕਿ ਐਡਾ ਵੱਡਾ ਕੰਮ ਹੋਏ, ਐਡੀ ਵੱਡੀ ਸ਼ਹਾਦਤ ਹੋਏ, ਫਿਰ ਵੀ ਪੰਜਾਬ ਸਰਕਾਰ, ਸਾਡਾ ਇੰਡੀਆ ਗੌਰਮੈਂਟ ਕੁਛ ਨਾ ਕਰੇ ਤਾਂ ਬੜੀ ਬੁਰੀ, ਬੜੀ ਮਾੜੀ ਗੱਲ ਆ। ਇੱਦਾਂ ਦੇ ਝੂਠੇ ਵਾਅਦੇ, ਮੈਨੂੰ ਲੱਗਦਾ ਹੈ ਕਿ ਜਿਹੜੇ ਸ਼ਹੀਦ ਪਰਿਵਾਰ ਆ ਉਹਨਾਂ ਨਾਲ ਜੇ ਝੂਠੇ ਵਾਅਦੇ ਹੋਏ ਹੋਣੇ ਆ, ਕਈ ਜਵਾਨ ਮੁੰਡੇ ਵਿਚਾਰੇ ਕੋਈ ਨਸ਼ਿਆਂ 'ਚ ਪੈ ਗਿਆ ਹੋਣਾ ਵਾ, ਕੋਈ ਨਾ ਕੋਈ ਮੈਨੂੰ ਲੱਗਦਾ ਕੋਈ ਖੁਦਕੁਸ਼ੀ ਕਰ ਗਿਆ ਹੋਣਾ ਵਾ ਜਾਂ ਕੋਈ ਅੱਤਵਾਦ ਦਾ ਰਾਹ ਉਹਨਾਂ ਨੇ ਲੈ ਲਿਆ ਹੋਣਾ ਵਾ। ਮੰਤਰੀਆਂ ਦੇ ਝੂਠੇ ਵਾਅਦੇ ਬੜਾ ਕੁਛ ਕਰਵਾ ਸਕਦੇ ਨੇ। ਸਾਡੇ ਘਰ ਦਾ ਮਾਹੌਲ ਬਹੁਤ ਜ਼ਿਆਦਾ ਹੀ ਖਰਾਬ ਹੈ ਇਸ ਟਾਈਮ, ਕਿਸ ਤਰ੍ਹਾਂ ਦੇ ਮਤ ਕੇ ਹਾਲਾਤ ਨੇ ਦੱਸ ਨਹੀਂ ਸਕਦਾ ਕਿ ਤੁਸੀਂ ਇਸ ਵੇਲੇ ਤੁਸੀਂ ਕੀ ਕਰ ਰਹੇ ਹੋ? ਮੈਂ ਉਦੋਂ ਤੋਂ ਹੀ ਪੜ੍ਹਾਈ ਛੱਡ ਕੇ ਪੇਂਟ ਦਾ ਕੰਮ ਸ਼ੁਰੂ ਕੀਤਾ। ਤੁਸੀਂ ਉਹ ਤੋਂ ਪਲੱਸ ਵਨ ਤੋਂ ਬਾਅਦ ਨਹੀਂ ਪੜ੍ਹੇ, ਉਹ ਛੱਡਤੀ? ਹਾਂਜੀ ਹਾਂਜੀ, ਤੁਹਾਡੀ ਮਤਲਬ ਇੰਨਾ ਜੇਬ ਜਿਹੜੀ ਕਿ ਭਾਰ ਨਹੀਂ ਚੱਲਦੀ ਸੀ, ਫਿਰ ਘਰੇ ਕੰਮ ਕਰਨ ਲਈ, ਘਰ ਦਾ ਗੁਜ਼ਾਰਾ ਕਰਨ ਲਈ ਕੋਈ ਵੀ ਨਹੀਂ, ਕੰਮ ਕਰਨ ਲਈ ਮੇਰੇ ਤੋਂ ਸਿਵਾ, ਫਿਰ ਮੈਨੂੰ ਛੱਡਣਾ ਪੈਣਾ ਸੀ ਸਕੂਲ। ਓਕੇ, ਅਤੇ ਬਾਕੀ ਚਲੋ ਗੌਰਮੈਂਟ ਦਾ ਕੰਮ ਸੀ ਕਿ ਸਾਨੂੰ ਅੱਗੇ ਉਹ ਕਰਵਾਉਂਦੇ, ਪੜ੍ਹਾਈ ਕਰਵਾਉਂਦੇ, ਜੋਬ ਕਰਵਾਉਂਦੇ, ਇਹਨਾਂ ਦੀ ਜ਼ਿੰਮੇਵਾਰੀ ਸੀ ਪਰ ਉਹਨਾਂ ਨਹੀਂ ਕੀਤਾ। ਅਤੇ ਇਹਦੇ ਤੁਸੀਂ ਹੁਣ ਕੀ ਕੀ ਕਰ ਰਹੇ ਹੋ ਫਿਰ, ਮਜ਼ਦੂਰੀ ਕਰਦੇ ਹੋ, ਕੀ ਕਰਦੇ? ਹਾਂਜੀ, ਮੈਂ ਮਜ਼ਦੂਰੀ ਕਰਦਾ, ਮੈਂ ਪੇਂਟ ਦਾ ਕੰਮ ਕਰਦਾ। ਇਹ ਸ਼ੀਸ਼ ਸਤਪਾਲ ਦੇ ਘਰ ਦਾ ਹਾਲਾਤ ਹੈ, ਤੁਹਾਡੇ ਸਾਹਮਣੇ ਹੀ ਆ। ਜਿਸ ਤਰ੍ਹਾਂ ਜਿੰਨਾ ਬਣਾ ਗਏ ਉੱਥੇ ਦਾ ਉੱਥੇ ਹੀ ਆ, ਉਨੇ ਦਾ ਉਨਾ ਹੀ ਆ ਜਿੰਨਾ ਪਾਪਾ ਬਣਾ ਗਏ। ਉਸ ਤੋਂ ਬਾਅਦ ਕੋਈ ਤਰੱਕੀ ਨਹੀਂ ਇੱਥੇ, ਕੋਈ ਸਰਕਾਰੀ ਅਧਿਕਾਰੀ ਨਹੀਂ ਆਇਆ, ਕੋਈ ਮੁਆਵਜ਼ਾ ਨਹੀਂ ਸਾਨੂੰ ਮਿਲਿਆ, ਸਾਡੀਆਂ ਸਰਕਾਰੀ ਸਹੂਲਤਾਂ ਸਾਨੂੰ ਅਜੇ ਤੱਕ ਸਾਡੇ ਤੱਕ ਨਹੀਂ ਪਹੁੰਚੀਆਂ, ਕੋਈ ਵੀ ਸਰਕਾਰੀ ਸਹੂਲਤ ਕਿਸੇ ਤਰ੍ਹਾਂ ਦੀ। ਦਿੱਲੀ 4-5 ਵਾਰ ਜੰਤਰ ਮੰਤਰ ਉੱਥੇ ਜਾ ਕੇ ਧਰਨਾ ਦਿੱਤਾ ਸੀ, ਮਹਾਰਾਸ਼ਟਰ ਤੱਕ ਜਾ ਕੇ ਉੱਥੇ ਸਾਡੇ ਸੈਮੀਨਾਰ ਹੋਏ ਪਾਪਾ ਦੇ ਨਾਂ 'ਤੇ ਉੱਥੇ। ਚਲੋ ਗਵਰਨਮੈਂਟ ਦੇ ਕੰਨੀ ਕੁਛ ਨਾ ਕੁਛ ਪੈਂਦਾ ਹੀ ਆ, ਕੁਛ ਦੇਖਦੇ ਹੀ ਆ ਉਹ, ਅਤੇ ਫਿਰ ਵੀ ਕੋਈ ਉਹਨਾਂ ਦੇ ਅਸਰ ਨਹੀਂ ਹੈ। ਬੰਬੇ ਤੱਕ ਹੋ ਕੇ ਆਏ ਆ ਅਤੇ ਚੰਡੀਗੜ੍ਹ ਵੀ ਕਈ ਵਾਰੀ ਹੋ ਕੇ ਆਏ ਆ, ਬੜੀ ਦੂਰ ਦੂਰ ਤੱਕ। ਖੁਦ ਤਾਂ ਬੜਾ ਸਟਰਗਲ ਕੀਤਾ, ਹੁਣ ਗੌਰਮੈਂਟ 'ਤੇ ਹੀ ਆ, ਕੁਛ ਨਹੀਂ ਕਰਦਾ। 22 ਸਾਲ ਹੋ ਗਏ ਤੁਹਾਨੂੰ? ਹਾਂਜੀ, 22 ਸਾਲ ਹੋ ਗਏ ਸਟਰਗਲ ਕਰਦੇ। ਅਤੇ 22 ਸਾਲ ਇਹਨੇ ਦੇ ਵਿੱਚ ਮਤਲਬ ਸ਼ਾਇਦ ਪੈਸਾ ਵੀ ਪਤਾ ਨਹੀਂ ਕਿੰਨਾ ਕੁ ਆਪਦੇ ਪੱਲਿਓਂ ਚੱਲਿਆ ਗਿਆ ਹੋਣਾ ਜਿਵੇਂ। ਹਾਂਜੀ ਹਾਂਜੀ ਹਾਂਜੀ, ਡੇਲੀ ਦੇ ਗੇੜੇ ਲੱਗਣੇ ਆ। ਬਿਲਕੁਲ ਬਿਲਕੁਲ, ਹੁਣ ਦਿਹਾੜੀਦਾਰ ਹਾਂ ਅਸੀਂ, ਦਿਹਾੜੀ ਲਾ ਰਹੇ ਹਾਂ ਅਤੇ ਦਿਹਾੜੀ 'ਚ ਸਿਰਫ ਮਹਾਂ ਘਰ ਦਾ ਗੁਜ਼ਾਰਾ ਹੁੰਦਾ। ਅਤੇ ਇਹੋ ਜਿਹੇ ਟਾਈਮ ਵੀ ਵੇਖਿਆ ਸਰ ਕਿ 1 DC ਦਫ਼ਤਰ ਜਾਣ ਤੱਕ, ਇੱਥੋਂ ਧਾਰੀਵਾਲ ਤੋਂ ਗੁਰਦਾਸਪੁਰ ਤੱਕ ਕਿਰਾਇਆ ਆਪਣੇ ਦੋਸਤਾਂ ਕੋਲ ਫੜ ਕੇ ਜਾਣਾ, ਕੱਪੜੇ ਤੱਕ ਪਹਿਨ ਕੇ ਜਾਣੇ ਆਪਣੇ ਦੋਸਤਾਂ ਦੇ। ਇਹਨਾਂ ਨੇ ਬੜੇ ਬੁਰੇ ਹਾਲਾਤ ਦੇਖੇ ਆ ਅਤੇ ਗੁੱਸਾ ਵੀ ਆਉਂਦਾ ਹੁਣ
कि एडी वड्डी शहादत होए तो पंजाब सरकार चुप रहे या कुछ ना करे। उस तो बाद फिर हर एक MLA कोले होरां कोले तुसी गए तां होवोगे, कोई छड्डिया तां होना नहीं, कोई लीडर छड्डिया, कोई ऑफिसर छड्डिया? नहीं नहीं, सबको होके वेख लिया सर, किसी ने कुछ नहीं किया। मेरी दरख्वास्त है, साढ़े पंजाब नूं चंगे सीएम मिले ने, मेरी बेनती है उन्होंने अगे हाथ जोड़ के मेरी रिक्वेस्ट नूं सुनन, तो मेरी बेनती नूं सुनन, जो एक शहीद परिवार नूं सहूलत मिलदियां ने, जो मुआवजा मिलता ने, मेरे परिवार नूं भी वह मुआवजा मिले, सहूलत मिले, तो बहुत बहुत धन्यवाद, मेहरबानी जी। अच्छा फिर हुण जदों फादर साहब ने जिस तरह तुसीं कहा कि ये चीज़ां देखदे हो तो फादर साहब की याद आउंदी, जदों ये चीज़ां फादर साहब की याद आउंदी, की सोचदे हो फादर साहब की याद आउंदी तुहाडे नूं? हुण दे हालात नूं वेख के तो सोचदा कि इहदे नालों तो चंगा है कि वह कोई आम काम कर लेंदे, पर उस टाइम नूं वेखदिआं खुशी भी हुंदी कि एक देश लई काम करना बहुत वड्डी गल है, इन्ना रिस्की काम तो जिहदे च जान कदों भी जान जा सकती सी, तो उन्होंने जान कुरबान कीती भी अपने देश लई, पर अगे लीडरां नूं वेख्या जाए तो बस कोई हाल नहीं इन्हां दा। अच्छा तुहाडे मदर दी डैथ किन्ना समां बाद हुंदी तुहाडे फादर तों? कुछ 6 साल बाद मम्मा दी डैथ हो गई, इधर ही सोच सोच के उन्होंने अपने मन ते ला लिया, कोई मुआवजा नहीं मिलिया, बेटे नूं नौकरी नहीं मिली, बेटियां काम कर रही ने शहर जाके सफाई का काम करना, बर्तन साफ करने, बीमार हो गए, ज़्यादा बीमार हो गए, फिर ज़्यादा ही बीमार हो गए, इस तरह करके हौली हौली उन्होंने डैथ हो गई। तब भाव वो चीज़ गहरा जिहड़े हैगा सट उन्होंने दिमाग के उपर, उन्होंने दिल के उपर गहरी सट मार गई, गहरी सट छड्डी हुई नहीं है, सतपाल जी की जिहड़ी डैथ सी वह गहरी सट छड्ड गई सी। बिल्कुल बिल्कुल बिल्कुल। उस तो बाद फिर बीमार हो गए, फिर इन्ने पैसे भी नहीं शायद आर्थिक तौर पर इन्ने मजबूत नहीं होने इलाज करवा सको। बिल्कुल बिल्कुल, कोई इन्नी पहुँच नहीं साढ़े को कि कोई चंगा हॉस्पिटल वेख सकीए, जा ना कोई चंगे हॉस्पिटल जाके इन्हों ट्रीटमेंट हो जाए, जब बच जान वाह पेश तो बड़ी लाई, कुछ चक चुका के पैसे इधर उधरों फड़ के कोई रिश्तेदारों को चक के या इधर उधरों व्याजी चक के जिन्ना हो सकया कीता, पर जो चलो रब की मर्जी जो ईश्वर की मर्जी यही है। ਹੁਣ ਵੀ ਹਜੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਹੈ ਕਿ ਸਾਡੀ ਗੌਰਮੈਂਟ ਸ਼ਾਇਦ ਸਾਡੀ ਸੁਣ ਲਵੇ ਹਾਲੇ ਵੀ, ਕਿਉਂਕਿ ਅਸੀਂ ਸ਼ਹੀਦ ਦਾ ਪਰਿਵਾਰ ਹਾਂ, ਸਾਡੀ ਗੌਰਮੈਂਟ ਸੁਣੇ, ਸਾਡੇ ਨਾ ਕੁਛ ਸਾਨੂੰ ਮਿਲਣਾ ਚਾਹੀਦਾ, ਸਹੂਲਤ ਮਿਲਣੀ ਚਾਹੀਦੀ, ਹਾਲੇ ਵੀ ਕਿਤੇ ਉਮੀਦ ਆਸ ਹੈਗੀ ਆ? ਹਾਂਜੀ ਬਿਲਕੁਲ, ਇਹ ਫਲੈਗ ਮੈਂ ਰੱਖਿਆ ਹੋਇਆ ਜੋ ਪਾਪਾ ਦੀ ਡੈਡ ਬੋਡੀ ਤੋਂ ਚੱਕਿਆ ਸੀ ਮੈਂ, ਅਤੇ ਮੈਨੂੰ ਪੂਰੀ ਆਸ ਉਮੀਦ ਆ ਕਿ ਹੁਣ ਸਾਡੇ ਪੰਜਾਬ ਨੂੰ ਇੱਕ ਬਹੁਤ ਹੀ ਵਧੀਆ ਅਤੇ ਇਮਾਨਦਾਰ CM ਮਿਲਿਆ, ਮੈਨੂੰ ਬੜੀ ਉਮੀਦ ਆ ਉਹਨਾਂ ਅੱਗੇ। मैं फिर एक बार तो रिक्वेस्ट करता उन्हें अगे कि मेरी बेनती सुनन, मेरे पापा की शहादत नूं वेखदिआं जो भी एक सैनिक नूं मुआवजा मिलदा तो मेरे परिवार नूं सहूलत दित्तियां जाण। मैनूं पूरी आस उम्मीद है कि सानूं CM साहब साडी बेनती जरूर सुनणगे, साडी आस नूं सुनणगे, मेहरबानी। अच्छा ये फ्लैग तुसीं शायद वॉश भी नहीं किया, तुसीं दस रहे सी वॉश? हाँ उदों दा उदों ही मैं उस तरह ही वैसे दा वैसे इहनूं रख्या होया अपने कोल, इहदे ते ब्लड दे निशान वैसे दे वैसे ही ने बिल्कुल, तो इहनूं मैं वॉश करांगा उदों जदों साडे परिवार नूं सारियां सहूलतां मिल जाणगियां, मेरे पापा की शहादत दा मुआवजा सानूं मिल जाऊ, जां पंजाब सरकार साडे CM साहब मैनूं नौकरी दिंदे ने, जां साडे हक सानूं मिल जांदे ने, मैं इहनूं जरूर वॉश करांगा। उस तों बाद करोंगे? अच्छा उस तों बाद बुला के कई बार जिहड़े कि सन्मानित किया जाता शहीद परिवारां नूं, तुहानूं बुला के कदे सन्मानित होया, तुहाडा सन्मान किया गया? हाँ जी हाँ जी बिल्कुल, गुजरात च शायद सानू गुजरात च हाँ जी शायद 4 बार सानू उत्थे बुला के सम्मानित किया गया। ओके गुजरात दे विच किया गया? गुजरात दे विच। ये जिहड़ा तुसीं मैनूं दिखा रहे सी ऑब्जर्व यही चीज़? हाँ जी। अच्छा। ये मेरे मम्मा दे नाम दा, उन्हें मम्मा जी नू स्टेट ते बुला के ठीक है जी उन्हां नू सम्मानित किया गया। ठीक है जी। मेरे सिस्टर्स या मैनू नाल बुला के सम्मानित किया गया। 2005 दी गल, खुशी हुंदी है मन नू के बड़ी वड्डी शहादत ही, इत्थे हजारां दी गिनती च लोग बैठे हुए ने, पापा दे नां दी क्लैपिंग हुंदी है, मम्मा स्टेट ते जांदे ने, खुशी हुंदी है, पर एक एक दूसरे पासे वेखिए अपनी पंजाब सरकार नूं ते धक्के ही खा रहे हैं, इन्हां वल वेखिए ते इन्हां ने ते बहुत ही हालात खराब कर दिते ने साडे घर दे, बहुत ही घर दे हालात इन्हां ने बिगाड़ दिते ने, पढ़ाई छुट गई, ਭੈਣਾਂ ਨੂੰ ਕੰਮ ਕਰਨਾ ਪਿਆ, ਮੰਮਾ ਨੂੰ ਕੰਮ ਕਰਨਾ ਪਿਆ, ਮੰਮਾ ਦੀ ਡੈਥ ਹੋ ਗਈ, ਇਸ ਤਰ੍ਹਾਂ ਹੋਣਾ ਨਹੀਂ, ਪਰ ਜਿਸ ਤਰ੍ਹਾਂ
झूठे वादे हुए साढ़े ना मंत्री घरे आके इन्नी भीड़ विच इन्नी दुनिया च बोल जांदे ने इस तरह करांगे उस तरह करांगे मैं जरूर करांगा जरूर होएगा जां तुसीं इस दिन आ जाओ उस दिन आ जाओ हो जाएगा बस इस तरह कह के उन्होंने चले जाना। तुसी जिस तरह के ना दस रहे सी तसीहां दी गल कर रहे सी जो तुसी दस रहे सी मेरा खुद का मतलब दिल दहल रहा सी किस तरह सी तां जदों ओह चीज़ां नूं अज तुसी सोचदे होवोगे तुहाडा दिल जरूर दहलदा होणा कि किस तरह के नाल तसीहे दित्ते गए होणगे किस तरह के नाल कीता गया होणा। मैं दसदा कि उदों कोई खास इन्नी समझ नहीं प्लस वन की क्लास ही तो कोई इन्नी ज़्यादा नॉलेज नहीं पापा की डेड बॉडी नूं अचानक ही वेख्या यानी भीड़ चो निकल के एकदम डेड बॉडी नूं वेख्या तो इन्ना बुरा बुरे हालात डेड बॉडी दे इन्ने माड़ी पोजिशन के एक साइड देखिए पापा ना हसते खेडते रहना उन्होंने आना जाना बिहार जाना आना खुशी खुशी रहना रात इकट्ठे रहना कितने गलबात करनी दूसरी साइड देखिए डेड बॉडी दे इन्नी माड़ी हालात के गुस्सा होंदा ही एकदम पाकिस्तान जाके उन्होंने लड़ पीए ज गवर्नमेंट ना उन्होंने गवर्नमेंट ना लड़ पीए समझ नहीं इन्नी उदो ते हुण एक साइड खुशी भी ही कि इन्ना वड्डा काम किया देश की सेवा की 14 साल लगातार उन्होंने बॉर्डर क्रॉस किया अप डाउन किया रॉ इंटैलीजेंसी का नाम सुनदिया ही पाकिस्तान च गोली मार देंगे ने फिर भी उन्होंने पता नहीं किस तरह 14 साल लगातार बॉर्डर क्रॉस किया अप डाउन किया इन्नी इमानदारी नाल दिल तो देश की सेवा किया होती हो पंजाब सरकार फिर भी ਮਲਕੀ ਉਹਦੀ ਕਦਰ ਨਹੀਂ ਕਰੇ ਸ਼ਹਾਦਤ ਦੀ ਕਦਰ ਨਹੀਂ ਕਰੇ ਤੇ ਬੜੀ ਬੁਰੀ ਗੱਲ ਹੈ ਚੰਗਾ ਨਹੀਂ ਲੱਗਦਾ ਉਦੋਂ ਫਿਰ ਫੀਲ ਹੁੰਦਾ ਬੈਡ ਫੀਲ ਦਰਦ ਹੁੰਦਾ ਦਿਲ ਹਾਂਜੀ ਬਹੁਤ ਜ਼ਿਆਦਾ ਸੋ ਮੈਂ ਆਖਰੀ ਵਾਰੀ ਇੱਕ ਤੁਹਾਡੇ ਤੋਂ ਜੋ ਤੁਸੀਂ ਕੀ ਬੇਨਤੀ ਕਰਨਾ ਚਾਹੋਗੇ ਉਹ ਜ਼ਰੂਰ ਲੈਣੀ ਚਾਹੂੰਗਾ ਕਿ ਖਾਸ ਕਰ ਸਾਡੇ ਸਰੋਤਿਆਂ ਤੱਕ ਖਾਸ ਕਰ ਗਵਰਨਮੈਂਟ ਆਫ ਪੰਜਾਬ ਤੱਕ ਗਵਰਨਮੈਂਟ ਆਫ ਇੰਡੀਆ ਤੋਂ ਕੀ ਕਹਿਣਾ ਚਾਹੋਗੇ ਮੈਂ ਆਪਣੇ ਫਿਰ ਤੋਂ सीएम साहब अगे बेनती करदा कि मेरी बेनती नूं सुनन मेरे पापा जी की शहादत नूं गौर करन तो जिस तरह सरबजीत दी फैमिली नूं सरबजीत सिंह जी फैमिली नूं उन्होंने सारिया सरकारी सहूलतां दित्तियां जां एक आर्मी दे सैनिक नूं सारिया सहूलतां दित्तियां जांदियां ने मेरे परिवार नूं सारिया सहूलतां दित्तियां जान साडा मुआवजा जो बनदा सानूं मिले जिस तरह मंत्रियां ने सारे लीडरां ने वड्डे वड्डे MLA जां होर भी वड्डे वड्डे लीडरां ने मेरी नौकरी दा प्रोमिस करके गए सी घरे ते सीएम साहब अगे बेनती है कि मेरी मेरे पापा जी की शहादत नूं देखन दे साडा बनदा मुआवजा सानूं देन वैसे मैनूं पूरी उम्मीद है कि साडे सीएम साहब बहुत ही वधिया चंगे सीएम साहब पंजाब च आए ने ये देख के बड़ी खुशी हुंदी है तो मैनूं पूरी आस भी है कि हुण जरूर मेरे केस की सुनवाई होएगी पापा जी की शहादत नूं देखिया जाएगा जी। सुरिंदर जी असीं तुहाडे बहुत बहुत धन्यवाद दिए तुसीं कीमती समय चो समा दित्ता ते असीं अपने आप नूं भागां वाले भी मानदे हां कि उस शहीद दे घर दे विच बैठे उस शहीद दे घर दी सानूं चाह पानी पीण दा मौका मिलिया जिसने अपने 14 साल देश के लेखे जिहड़ी हैगी लाया तो उम्मीद साडी भी इही है कि गवर्नमेंट ऑफ पंजाब तक तुहाडी ये खबर जिहड़ी आ जरूर पहुँचे गवर्नमेंट ऑफ इंडिया तक खबर जरूर पहुँचे तां जो बनदा मान सन्मान जिहड़ा तुहानूं बिल्कुल जरूर मिल सके तुहाडा बहुत बहुत धन्यवाद। सो मेरे हाथ दे विच तस्वीर तुसीं सतपाल जी की देख रहे हो शहीद सतपाल जी जिन्होंने जिहड़ा हैगा 14 साल देश के लिए दिते देश नूं 14 साल दिते खुफिया एजेंसी के लिए जिहड़ा हैगा आ ओह काम किया उन्होंने बेटे साडे नाल सी ते गल करदे आ उन्हां दी अख जिहड़ी आ मैं कई बार भावुक हुंदी देखी अख जिहड़ी आ कई बार नम हुंदी उन्हां दी अख मैं देखी आ ते जदों वो दस रहे सी उन्हां तसीहां बारे तां उस वेले मैं खुद भावुक हो गया सी कि किस तरह का वो समा होगा किस तरह का वह मंजर जिहड़ा वो होगा पर जदों सरकारां दी बेरुखी इन्हां परिवारां दे नाल हुंदी आ तां दिल दे विच दर्द इन्हां दे तां होणा ही होणा साडे इक पंजाब दे नागरिक होने के नाते भारत के नागरिक होने के नाते साढ़े भी दिल के दर्द होंगे कि देश के लिए अपना आपा वारिया देश के लिए 14 साल दिते तो परिवार अज पिछे रो रहा है तो सरकार ने जिहड़ा आ इन्हां परिवारों नूं की दिता आ ये परिवार बहुता कुछ नहीं मंगते ये परिवार सिर्फ अपना हक मंगते हैं ये परिवार कोई बहुतियां धन दौलत नहीं मंगते ये परिवार सिर्फ वो मंगते हैं कि सानूं साडा बनदा माण सन्मान दिता जाए जिन्ना जिस मान सन्मान दे विच चाहे वित्तीय सहायता होवे जिस मान सन्मान दे विच कोई सरकारी नौकरी होवे ते मान सन्मान मंगदे ने कि जेड़े वादे लीडरां वालों किए गए सी
ਤੇ ਜੋ ਵਾਅਦੇ ਅੱਜ ਸਿਰਫ ਝੂਠ ਬਣ ਕੇ ਰਹਿ ਗਏ ਨੇ। ਸ਼ਰਧਾਂਜਲੀ ਵੇਲੇ ਲੀਡਰ ਆਏ ਸੀ ਤਾਂ ਲੀਡਰ ਨੇ ਸ਼ਾਇਦ ਉਸ ਵੇਲੇ ਇਕੱਠ ਦੇਖਿਆ ਹੋਣਾ ਅਤੇ ਇਕੱਠ ਦੇ ਵਿੱਚ ਬਹੁਤਾ ਕੁਛ ਬੋਲ ਗਏ ਤਾਂ ਉਸ ਤੋਂ ਬਾਅਦ ਸ਼ਾਇਦ ਲੀਡਰ ਜਿਹੜੇ ਨੇ ਉਹ ਭੁਲਾ ਗਏ ਕਿ ਅਸੀਂ ਬੋਲਿਆ ਕੀ ਆ। ਪਰ ਇਹਨਾਂ ਪਰਿਵਾਰਾਂ ਨੂੰ ਹਾਲੇ ਤੱਕ ਵੀ ਯਾਦ ਆ ਕਿ ਉਹ ਲੀਡਰ ਕੀ ਬੋਲ ਕੇ ਗਏ ਸੀ। ਅਤੇ ਅੱਜ ਵੀ ਇੱਕ ਉਮੀਦ ਜ਼ਰੂਰ ਇਹਨਾਂ ਪਰਿਵਾਰਾਂ ਨੂੰ ਹੈਗੀ ਆ ਕਿ ਸਾਡਾ ਬਣਦਾ ਸਨਮਾਨ ਸਾਨੂੰ ਜ਼ਰੂਰ ਮਿਲ ਸਕੇ। ਸੋ ਇੱਦਾਂ ਦੀਆਂ ਮੁਲਾਕਾਤਾਂ ਲੈ ਕੇ ਅੱਗੇ ਵੀ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਕਰੇ ਬਣਦੇ ਹੋ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।